ਹਾਜ਼ਰ ਚੰਚ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਮੈਂ ਹਰਮਨ ਥਿੰਦ ਪ੍ਰੋਗਰਾਮ ਦਾ ਨਾਇਕ ਅੱਜ ਦਾ ਵਿਚਾਰ ਤੇ ਮੇਰੇ ਨਾਲ ਹਰ ਰੋਜ਼ ਦੀ ਤਰ੍ਹਾਂ ਬੈਠੇ ਨੇ ਸਵਰਨ ਸਿੰਘ ਟਾਣਾ ਸਤਿ ਸ਼੍ਰੀ ਅਕਾਲ ਟਾਣਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਚੜ੍ਹਦੀ ਕਲਾ ਜਿੰਦਾਬਾਦ ਹਰ ਰੋਜ਼ ਦੀ ਤਰ੍ਹਾਂ ਹੀ ਹੋ ਗਿਆ ਹਾਂਜੀ ਜਦੋਂ ਮੈਂ ਸ਼ੁਰੂਆਤ ਕਰ ਰਹੀ ਸੀ ਤੇ ਤੁਸੀਂ ਕੀ ਦੇਖ ਰਹੇ ਸੀ ਕਿਉਂ ਮਹਾਰਾਜ ਨੇ ਅੱਖਾਂ ਦਿੱਤੀਆਂ ਦੇਖੂਗਾ ਦੁਨੀਆਂ ਦੇ ਰੰਗ ਤਮਾਸ਼ੇ ਵੇਖੂਗਾ ਮੈਂ ਕੀ ਵੇਖ ਰਿਹਾ ਸੀ ਕੈਮਰੇ ਦੇਖ ਰਿਹਾ ਸੀ ਅੱਛਾ ਜੀ ਮੈਂ ਜਿਹੜੇ ਸਾਡੇ ਸਾਥੀ ਕੈਮਰਾਮੈਨ ਉਹਨਾਂ ਵੱਲ ਵੇਖ ਰਿਹਾ ਸੀ ਅੱਛਾ ਜੀ ਮੈਂ ਆਲੇ ਦੁਆਲੇ ਪਏ ਹੋਏ ਸਮਾਨ ਨੂੰ ਵੇਖ ਰਿਹਾ ਸੀ ਹੋ ਗਿਆ ਉਧਰ ਇੱਕ ਫੋਨ ਚਾਰਜ ਤੇ ਲੱਗਾ ਹੋਇਆ ਉਹਨੂੰ ਵੇਖ ਰਿਹਾ ਸੀ ਵੇਖ ਲਿਆ ਹਾਂਜੀ ਤੇ ਹੁਣ ਆਪਾਂ ਅੱਗੇ ਵਧੀਏ ਟਾਣਾ ਸਾਹਿਬ ਮੌਸਮ ਕਿਵੇਂ ਹੈ ਮੌਸਮ ਬਹੁਤ ਵਧੀਆ ਅੱਛਾ ਜੀ ਪੰਜਾਬ ਦੇ ਵਿੱਚ ਮੌਸਮ ਜਿਹੜਾ ਉਹ ਬੱਦਲਵਾਈ ਜੀ ਵਾਲਾ ਹੈਗਾ ਹਾਂਜੀ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 24 ਘੰਟ ਵੀ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੇहद ਮੀਂਹ ਪੈਣ ਦੇ ਕਰਕੇ ਤੇ ਲੱਖ ਲੱਖ ਤੱਕ ਪਾਣੀ ਆਇਆ ਵਿਆ। ਹਾਂਜੀ। ਫਸਲ ਬਹੁਤ ਵੱਡੇ ਪੱਧਰ ਤੇ ਬਰਬਾਦ ਹੋਈ ਆ। ਖੇਤਾਂ ਦੇ ਵਿੱਚ ਤਲਾਬ ਬਣੇ ਪਏ ਆ, ਖੇਤਾਂ ਵਿੱਚ ਛਪੜ ਲੱਗੇ ਪਏ ਆ। ਜੀ। ਜਿਹਦੇ ਕਰਕੇ ਫਸਲ ਦੀ ਬਰਬਾਦੀ ਕਰਕੇ ਕਿਸਾਨਾਂ ਦੇ ਚਿਹਰੇ ਤੇ ਚਿੰਤਨ ਤੇ ਚਿੰਤਾ ਦੀਆਂ ਲਕੀਰਾਂ ਜਿਹੜੀਆਂ ਉਹ ਆ ਗਈਆਂ। ਇਸ ਕਰਕੇ ਬੇਨਤੀ ਆ ਵੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਢੁਕਵਾਂ ਤੇ ਬਾਕੀ ਲੋਕ ਵੀ ਵੱਧ ਤੋਂ ਵੱਧ ਮਦਦ ਕਰਨ। ਕਿਉਂਕਿ ਇਸ ਕਿਸਾਨ ਦਾ قصور ਕੋਈ ਨਹੀਂ ਹੂੰ ਖੇਤੀ ਕਰਮਾ ਛੇਤੀ ਵਾਲੀ ਗੱਲ ਸਹੀ ਹੋਈ ਪਈ ਆ ਜੀ ਜੇ ਤਾਂ ਸੋਕਾ ਪੈ ਜਾਂਦਾ ਤਾਂ ਵੀ ਕਿਸਾਨ ਮਰਦਾ ਜੇ ਡੋਬਾ ਪੈ ਜਾਂਦਾ ਤਾਂ ਵੀ ਕਿਸਾਨ ਮਰਦਾ ਤੇ ਸਰਕਾਰਾਂ ਨੂੰ ਬੇਨਤੀ ਹੈ ਵੀ ਹੁਣ ਤੱਕ ਤਾਂ ਇਹ ਹੁੰਦਾ ਸੀ ਗਰਦੌਰੀਆਂ ਕਰਾਂਗੇ ਮਾਲ ਮਹਿਕਮੇ ਦੇ ਅਧਿਕਾਰੀ ਖੇਤਾਂ 'ਚ ਜਾਣਗੇ ਫਸਲਾਂ ਦੀ ਨਿਸ਼ਾਨਦੇਹੀ ਕਰਨਗੇ ਜੋ ਬਰਬਾਦ ਹੋਈਆਂ ਫਸਲਾਂ ਤੇ ਉਹਦੇ ਨਾਲੋਂ ਚੰਗਾ ਪਾਈ ਇਹ ਆ ਵੀ ਇਤਕੀ ਤੁਰੰਤ ਹੀ ਤੁਸੀਂ ਮਦਦ ਕਰੋ ਜਿੰਨੀ ਵੀ ਕਰਨੀ ਆ ਤਾਂ ਜੋ ਕਿਸਾਨੀ ਪੈਰਾਂ ਸਰ ਮਾੜੀ ਮੁੱਟੀ ਹੋ ਸਕੇ ਜੀ ਬਿਲਕੁਲ ਹਾਲੇ ਤਾਂ ਟਹਿਣਾ ਸਾਹਿਬ ਗੁਲਾਬੀ ਸੁੰਡੀ ਤੇ ਚਿੱਟੇ ਚਿੱਟਾ ਮੱਛਰ ਜਿਹੜਾ ਉਹਦੀਆਂ ਹੀ ਗੱਲਾਂ ਨਹੀਂ ਸੀ ਮੁੱਕੀਆਂ ਉਹਦੇ ਕਰਕੇ ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ ਕਿਸਾਨੀ ਦਾ ਉਹਦੇ ਬਾਰੇ ਛੱਲੇ ਗੱਲਾਂ ਚੱਲ ਰਹੀਆਂ ਸੀ ਕਿ ਹੁਣ ਮੀਂਹ ਦੇ ਪਾਣੀ ਦਾ ਕਰਕੇ ਜਾਂ ਕਹਿ ਲਓ ਵੀ ਜਿਹੜਾ ਪਾਣੀ ਭਰ ਗਿਆ ਜਿੱਦੇ ਕਰਕੇ ਬਹੁਤ ਸਾਰੀਆਂ ਫਸਲਾਂ ਦਾ ਨੁਕਸਾਨ ਹੋਇਆ ਆ ਇੱਕ ਨਵੀਂ ਚਰਚਾ ਛੱਡ ਪਈ ਐ ਸੋ ਗੱਲ ਇਹ ਆ ਕਿ ਵਾਕਈ ਟੁਕਵਾ ਜੋ ਮੁਆਵਜ਼ਾ ਹੈ ਉਹ ਕਿਸਾਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਕਿਉਂਕਿ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਗੇ ਬਿਲਕੁਲ ਸਹੀ ਗੱਲ ਜੀ ਤੇ ਹੁਣ ਚਾਹੀਦੇ ਵਿਚਾਰ ਦੀ ਸਾਂਝ ਪਾਈਏ ਵੇਚਤਾ ਥਾ ਮੈਂ ਆਇਨੇ ਤੋਂ ਕੋਈ ਖਰੀਦਤਾ ਨਾ ਥਾ ਵੇਚਤਾ ਥਾ ਮੈਂ ਆਇਨੇ ਤੋਂ ਕੋਈ ਖਰੀਦਤਾ ਨਾ ਥਾ ਮਤਲਬ ਇਹ ਕਿ ਜਦੋਂ ਮੈਂ ਸ਼ੀਸ਼ੇ ਵੇਚਦਾ ਸੀ ਤਾਂ ਕੋਈ ਲੈਣ ਵਾਲਾ ਤਾਂ ਕੋਈ ਲੈਣ ਨਹੀਂ ਸੀ ਆਉਂਦਾ ਕੋਈ ਗਾਹਕ ਨਹੀਂ ਸੀ ਆਉਂਦਾ ਕਿਉਂਕਿ ਸ਼ੀਸ਼ੇ ਦੇ ਵਿੱਚ ਤੁਹਾਨੂੰ ਆਪਣਾ ਚਿਹਰਾ ਦਿਖਦਾ ਹੂੰ ਰੱਖਨੇ ਲਗਾ ਨਕਾਬ ਤੋਂ ਫੁਰਸਤ ਨਾ ਰਹੀ ਵਾਹ ਵਾਹ ਜਦੋਂ ਤੋਂ ਮੈਂ ਨਕਾਬ ਵੇਚਣੇ ਸ਼ੁਰੂ ਕੀਤੇ ਆ ਔਰ ਉਹ ਤੋਂ ਮੇਰੇ ਕੋਲੇ ਵੇਲ ਹੈ ਨਹੀਂ ਕਿਉਂਕਿ ਹਰ ਕੋਈ ਆਪਦਾ ਚਿਹਰਾ ਢੱਕ ਕੇ ਰੱਖਣਾ ਚਾਹੁੰਦਾ ਹਰ ਕੋਈ ਚਾਹੁੰਦਾ ਮੇਰੀ ਪਛਾਣ ਨਾ ਹੋਵੇ ਹਰ ਬੰਦੇ ਦਾ ਦੋਰਾ ਤਰਨਾਰਾ ਅੰਦਰ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ ਸੋ ਬਿਸ਼ਤਾ ਰਹਾ ਆਇਨੀ ਤੋ ਕੋਈ ਖਰੀਦਾ ਨਾ ਥਾ ਰੱਖਨੇ ਲਗਾ ਨਕਾਬ ਤੋ ਫੁਰਸਤ ਨਾ ਰਹੀ ਵਾਹ ਕੀ ਬਾਤ ਹੈ ਕਮਾਲ ਕਰ ਦਿੱਤੀ ਸਰਦਾਰ ਸਾਹਿਬ ਇਹ ਵਾਕਏ ਅੱਜ ਦਾ ਸੱਚ ਹੈ ਲੋਕ ਆਪਣਾ ਮੂੰਹ ਛਪਾਉਣਾ ਚਾਹੁੰਦੇ ਨੇ ਲੋਕ ਬਾਹਰੋਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਹੀ ਨੇ ਹੈਨਾ ਔਰ ਆਪਾਂ ਅੱਗੇ ਵੀ ਇੱਕ ਦਿਨ ਤੁਹਾਨੂੰ ਚਾਹਤਾ ਕਿ ਇਹ ਚਾਇਦਾ ਵਿਚਾਰ ਸਾਂਝਾ ਕੀਤਾ ਸੀ ਕਿ ਜੇਕਰ ਸ਼ੀਸ਼ਾ ਵਾਕਈ ਤੁਹਾਡੇ ਅੰਦਰ ਦੇ ਚਰਿੱਤਰ ਦੇ ਬਾਰੇ ਵਿੱਚ ਤੁਹਾਡੇ ਅੰਦਰ ਜੋ ਚੱਲ ਰਿਹਾ ਉਹਦੇ ਬਾਰੇ ਵਿੱਚ ਬਿਆਨ ਕਰਦਾ ਹੁੰਦਾ ਦੱਸਦਾ ਹੁੰਦਾ ਤਾਂ ਸ਼ਾਇਦ ਲੋਕ ਸ਼ੀਸ਼ਾ ਹੀ ਨਾ ਵੇਖਦੇ ਹਾਂ ਬਿਲਕੁਲ ਇੱਕ ਹੋਰ ਸੁਣਾਵਾਂ ਜੀ ਉਹ ਇਹ ਆ ਕਿ ਖੁਦ ਨੂੰ ਖੁਸ਼ ਰੱਖਣ ਦੀ ਖੁਦ ਹੀ ਕੋਸ਼ਿਸ਼ ਕਰੋ ਹੂੰ ਖੁਦ ਨੂੰ ਖੁਸ਼ ਰੱਖਣ ਦੀ ਖੁਦ ਹੀ ਕੋਸ਼ਿਸ਼ ਕਰੋ ਦੂਜੇ ਤੇ ਨਿਰਭਰ ਰਹੋਗੇ ਤਾਂ ਲੁੱਟੇ ਜਾਓਗੇ ਵਾਹ ਵਾਹ ਕਿਉਂਕਿ ਜਿੰਨੀ ਕਿ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਆਪ ਦੇ ਆਪ ਨੂੰ ਖੁਦ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਕਿਸੇ ਨੂੰ ਕੀ ਲੋੜਾ ਤੁਹਾਨੂੰ ਖੁਸ਼ ਰੱਖੇ ਜੀ ਕੋਈ ਇੱਥੇ ਭੰਡਗਰੀ ਵਾਲਾ ਕੰਮ ਥੋੜੀ ਆ ਹੂੰ ਕੋਈ ਇਹ ਥੋੜੀ ਵੀ ਭਾਈ ਕਿਸੇ ਦੀ ਜ਼ਿੰਮੇਵਾਰੀ ਕਿ ਸ਼ਾਮਲਾ ਵੀ ਤੁਹਾਨੂੰ ਹਸਾਈ ਜਾਣਾ ਤੁਹਾਡੇ ਚਿਹਰੇ ਦੇ ਉੱਤੇ ਖੁਸ਼ੀ ਦਾ ਖਿਹੜਾ ਲੈ ਕੇ ਹੀ ਆਉਣਾ ਅਗਲੇ ਦਾ ਚਿਤ ਕਰੂਗਾ ਕਰੂਗਾ ਨਹੀਂ ਤਾਂ ਨਾ ਸਹੀ ਇਸ ਕਰਕੇ ਆਪ ਹੀ ਖੁਸ਼ ਰਹੋ ਜਿੰਨਾ ਖੁਸ਼ ਰਹਿ ਸਕਦੇ ਹੋ ਜੀ ਸੱਚ ਹੈ ਹੂੰ ਆਪਣੀ ਖੁਸ਼ੀ ਤਾਂ ਆਪਣੇ ਅੰਦਰੋਂ ਲੱਭਣੀ ਪੈਂਦੀ ਹੈ ਨਹੀਂ ਤਾਂ ਲੋਕ ਤਾਂ ਕਿਸੇ ਨੂੰ ਖੁਸ਼ ਵੇਖ ਕੇ ਰਾਜ਼ੀ ਵੀ ਨਹੀਂ ਹੁੰਦੇ ਵਕੀ ਤੋਂ ਪੀੜ ਨਿਕਲਦੀ ਆ ਜੀ ਤੇ ਹੁਣ ਮੇਰੇ ਵਾਲਾ ਚਾਹਦਾ ਵਿਚਾਰ ਧਿਆਨ ਨਾਲ ਸੁਣਿਓ ਟਾਣਾ ਸਾਹਿਬ ਕਹਿੰਦੇ ਤੁਰੇ ਜਾਂਦੇ ਵਕਤ ਚੋਂ ਜ਼ਿੰਦਗੀ ਕੱਢੋ ਆਹਾ ਜ਼ਿੰਦਗੀ ਕੱਢੋ ਤੁਰੇ ਜਾਂਦੇ ਵਕਤ ਚੋਂ ਤੁਰੇ ਜਾਂਦੇ ਵਕਤ ਚੋਂ ਜ਼ਿੰਦਗੀ ਕੱਢੋ ਨਹੀਂ ਤਾਂ ਜ਼ਿੰਦਗੀ ਦੇ ਵਿੱਚ ਉਹ ਵਕਤ ਕੱਢਣ ਦਾ ਤਾਂ ਕਈ ਵਾਰ ਵਕਤ ਵੀ ਨਹੀਂ ਲੱਗਦਾ ਵਾਹ ਜੀ ਵਾਹ ਬਹੁਤ ਖੂਬ ਵਕਤ 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 ਕਈ ਵਾਰ ਇਹ ਸ਼ਬਦ ਆਇਆ ਤੇ ਬੜੇ ਸੁਲੱਖਣੇ ਤਰੀਕੇ ਨਾਲ ਆਇਆ ਸ਼ੁਕਰੀਆ ਸੋ ਬਾਈ ਜੀ ਗੱਲ ਇਹ ਆ ਵੀ ਵਕਤ ਤਾਂ ਜਿਹੜਾ ਕੱਢੋ ਆਪਦੀ ਜ਼ਿੰਦਗੀ ਜਿਉਣ ਦੇ ਲਈ ਜ਼ਿੰਦਗੀ ਨੂੰ ਥੋੜਾ ਜਿਹਾ ਜਿਉਣਾ ਸਿੱਖੀਏ ਜ਼ਿੰਦਗੀ ਨੂੰ ਕੱਟਣਾ ਇਹ ਬੰਦ ਕਰ ਗਏ ਬਸ ਨਿਕਲੀ ਜਾਂਦੀ ਆ ਬਸ ਹੁਣ ਤਾਂ ਮੌਤ ਵੱਲ ਢੁੱਕ ਰਹੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਕਦੇ ਖੁਸ਼ੀਆਂ ਆਈਆਂ ਹੀ ਨਹੀਂ ਜ਼ਿੰਦਗੀ ਤਾਂ ਬਰਬਾਦ ਹੋਈ ਪਈ ਹੈ ਜ਼ਿੰਦਗੀ ਦੇ ਵਿੱਚ ਕਦੇ ਖੁਸ਼ੀ ਦੀ ਬਹਾਰ ਨਹੀਂ ਆਈ ਵੀ ਐਦਾਂ ਨਹੀਂ ਗੱਲਾਂ ਉਲਾਂਬੇ ਨੂੰ ਮਾ ਗੱਲਾਂ ਜਿਹੜੀਆਂ ਸਾਡੇ ਸੁਭਾਅ ਦੇ ਵਿੱਚ ਹਨ ਇਹਨਾਂ ਨੂੰ ਤਿਆਗ ਗਏ ਇਹਨਾਂ ਨੂੰ ਛੱਡ ਗਏ ਜੋ ਕਰ ਸਕਦੇ ਆ ਖੁਦ ਕਰ ਗਏ ਹੂੰ ਬਸ ਠੀਕ ਆ ਬਿਲਕੁਲ ਸਹੀ ਹੈ ਵੈਸੇ ਵੀ ਟਾਣਾ ਸਾਹਿਬ ਇਹ ਜਿਹੜਾ ਵਕਤ ਇਹ ਤਾਂ ਅਰਬੀ ਘੋੜੇ ਦੀ ਰਫ਼ਤਾਰ ਦੇ ਨਾਲ ਅੱਗੇ ਵਧਦਾ ਵਧਦਾ ਰਹਿੰਦਾ ਹੈ ਵਧਦਾ ਰਹਿੰਦਾ ਵਧਦਾ ਰਹਿੰਦਾ ਇਹ ਕਦੇ ਵੀ ਰੁਕਦਾ ਨਹੀਂ ਆ ਇਹ ਵਕਤ ਕਦੇ ਵੀ ਕਿਸੇ ਦਾ ਸਾਕਾ ਨਹੀਂ ਹੁੰਦਾ ਸੋ ਇਸ ਲਈ ਇਸ ਤੁਰੇ ਜਾਂਦੇ ਵਕਤ ਦੇ ਵਿੱਚੋਂ ਹੀ ਜ਼ਿੰਦਗੀ ਕੱਢਣੀ ਪੈਂਦੀ ਹੈ ਬਿਲਕੁਲ ਸਹੀ ਗੱਲ ਨਹੀਂ ਤਾਂ ਸਮਾਂ ਕਿਸੇ ਕੋਲ ਨਹੀਂ ਹੁੰਦਾ ਸਹੀ ਗੱਲ ਸਹੀ ਆਜ਼ਰਾ ਚੰਚ ਦਾ ਵਿਚਾਰ ਹਰਮਨਜੀਤ ਬਣੇ ਰਸੋਈ ਜਿਹੜੇ ਮੀ ਆ ਉਹ ਕਿੰਨੇ ਕੁ ਪੈ ਗਏ ਆ ਤੇ ਕਿੰਨੇ ਕੁ ਪੈਣੇ ਆ ਤੇ ਮੈਨੂੰ ਤਾਂ ਪਤਾ ਹੀ ਨਹੀਂ ਤੁਸੀਂ ਦੱਸ ਦਿਓ ਰੱਜਵਾ ਮੀ ਨਹੀਂ ਪਿਆ ਟਣਾ ਸਾਬ ਪਰ ਜਿੱਥੇ ਜਿੱਥੇ ਪਿਆ ਲੋੜਿਆਂ ਦਾ ਪੈ ਗਿਆ ਜੀ ਮਤਲਬ ਜੇ ਮੈਂ ਖਾਸ ਤੌਰ ਤੇ ਜਲੰਧਰ ਦੀ ਗੱਲ ਕਰਾਂ ਜਲੰਧਰ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਤਾਂ ਕਾਫੀ ਮੀ ਪੈ ਗਿਆ ਪਰ ਜੇ ਜਲੰਧਰ ਸ਼ਹਿਰ ਦੀ ਪੂਰੇ ਗੱਲ ਕੀਤੀ ਜਾਵੇ ਜਾਂ ਜਿਹੜੇ ਜਲੰਧਰ ਦੇ ਨੇੜਲੇ ਪਿੰਡ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਉੱਥੇ ਰੱਜਵਾ ਮੀ ਨਹੀਂ ਪਿਆ ਹਾਂ ਉਦਾਂ ਪੈਂਦਾ ਰਿਹਾ ਪਰ ਇੱਕ ਗੱਲ ਹੋਰ ਦੱਸਦਾ ਵੀ ਬਨੌਟੀ ਮੀਂਹ ਵਾਲੀ ਗੱਲ ਨਾ ਅੱਜ ਮੈਂ ਪੜ੍ਹੀ ਅਖਬਾਰ ਦੇ ਵਿੱਚ ਅੱਛਾ ਜੀ ਉਹਨੂੰ ਹਿੰਦੀ 'ਚ ਕਹਿੰਦੇ ਕੁਤ੍ਰਿਮ ਬਾਰਿਸ਼ ਕਿਹੜਾ ਉਹ ਤਾਂ ਹੀ ਬਾਰਿਸ਼ ਉਹ ਸੀਗਾ ਹਿੰਦੀ ਚ ਉਹ ਬਨੌਟੀ ਮੀਂਹ ਮਤਲਬ ਇਹ ਹੈ ਪੰਜਾਬੀ ਚ ਹੀ ਦੱਸ ਦਿੰਦਾ ਮੈਂ ਤਾਂ ਪੰਜਾਬੀ ਚ ਦੱਸ ਦੂੰਗਾ ਵੀ ਬਨੌਟੀ ਮੀਂਹ ਪਉਂਦੇ ਆ ਅੱਜ ਕੱਲ ਅੱਛਾ ਜੀ ਵਿਗਿਆਨੀ ਬੜੇ ਤਕੜੇ ਬਣ ਗਏ ਆ ਹਾਂ ਉਹ ਨਾ ਜਿਹੜੀ ਬਦਲਵਾਈ ਆ ਜੇ ਉਹਨਾਂ ਨੂੰ ਲੱਗੇ ਵੀ ਭਾਈ ਕੱਲ ਨੂੰ ਮੀਂਹ ਪੈ ਜਾਣਾ ਬੜਾ ਤਕੜਾ ਮੀਂਹ ਪੈਣਾ ਤੇ ਇਹਨੂੰ ਆਪਾਂ ਕੱਲ ਨੂੰ ਰੋਕ ਲਈਏ ਵੀ ਕੱਲ ਨੂੰ ਆਪਣਾ ਹੋਗਾ ਨੁਕਸਾਨ ਤੇ ਆਪਾਂ ਕਰਨਾ ਆ ਕੰਮ ਜੀ ਉਹ ਵਿੱਚ ਨਾ ਉਹਦੇ ਗੈਸਾਂ ਗੁੱਸਾ ਛੱਡ ਦੇ ਤਾਂ ਜਾ ਕੇ ਅੱਛਾ ਉਹਦੇ ਕਰਕੇ ਫਿਰ ਨਾ ਮੀਂਹ ਪਹਿਲਾਂ ਪੈ ਜਾਂਦਾ ਉਬਨੌਤੀ ਮੀ ਪਉਣ ਦੀ ਤਕਨੀਕ ਵੀ ਆ ਹਮ ਪਰ ਇੱਕ ਨਵੀਂ ਗੱਲ ਆ ਗਈ ਆ ਤੇਲੰਗਾਨਾ ਦੇ ਮੁੱਖ ਮੰਤਰੀ ਸਾਹਿਬ ਦਾ ਨਾਮ ਹੈਗਾ ਚੰਦਰਸ਼ੇਖਰ ਰਾਓ ਉਹਨਾਂ ਨੇ ਨਵੀਂ ਕੱਚ ਤੋਂ ਮੰਗਲੀ ਕਟ ਮਾਰੀ ਓਕੇ ਕਹਿੰਦੇ ਨੇ ਉਹ ਦੇਖੋ ਜੀ ਇੱਕ ਥਾਂ ਦੇ ਉੱਤੇ ਨਾ ਗੋਦਾਵਰੀ ਦੇ ਵੱਲ ਉੱਥੇ ਹੜ ਵਰਗੀ ਸਥਿਤੀ ਬਣ ਗਈ ਅੱਛਾ ਜੀ ਉੱਥੇ ਕਈ ਥਾਵਾਂ ਤੇ ਬਦਲ ਫਟੜਨ ਦੀ ਖਬਰ ਆ ਗਈ ਉਹ ਉੱਥੇ ਗਏ ਸੀ ਮੌਕੇ ਦਾ ਜਾਇਜ਼ਾ ਲੈਣ ਦੇ ਲਈ ਕਹਿੰਦੇ ਵੀ ਇਹ ਵਿਦੇਸ਼ੀ ਤਾਕਤਾਂ ਦਾ ਹੱਥ ਆ ਇਹ ਬਦਲ ਫਟੜਨ ਦਾ ਜਿਹੜੀਆਂ ਘਟਰਾਵਾਂ ਵਾਪਰ ਰਹੀਆਂ ਇਹਦੇ ਪਿੱਛੇ ਸਾਜ਼ਿਸ਼ਾ ਸਾਜ਼ਿਸ਼ ਉਹ ਕਹਿੰਦੇ ਵੀ ਇਹਨਾਂ ਸਾਜ਼ਿਸ਼ਾਂ ਨੂੰ ਅਸੀਂ ਬੇਨਕਾਬ ਕਰਾਂਗੇ ਉਹ ਕਹਿੰਦੇ ਮੈਨੂੰ ਇਹ ਲੱਗਦਾ ਵੀ ਇਹ ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਸੋਚਿਆ ਸਮਝਿਆ ਕਰਾ ਹੈਗਾ ਨਹੀਂ ਬਦਲ ਕਦੇ ਫਟਦੇ ਥੋੜੀ ਹੁੰਦੇ ਸੀ ਇਹਦੇ ਬਾਰੇ ਤਾਂ ਪੜਤਾਲ ਹੋਣੀ ਹੀ ਚਾਹੀਦੀ ਆ ਵਾਕਈ ਹੋਣੀ ਚਾਹੀਦੀ ਆ ਬਿਲਕੁਲ ਸਹੀ ਕਹਿ ਰਹੇ ਨੇ ਉਹ ਪਤਾ ਇਹ ਪੱਕਾ ਜਿਹੜੇ ਵਿਰੋਧੀ ਧਿਰ ਆ ਨਾ ਉਹ ਚਾਉਂਦੀ ਨਹੀਂ ਕਿ ਕੁਛ ਵੀ ਭਲਾ ਹੋਵੇ ਉਹਦੇ ਕਰਕੇ ਸਾਰਾ ਕੁਝ ਹੋਇਆ ਜਾਣਾ ਸਾਬ ਇਹ ਪੜਤਾਲ ਜ਼ਰੂਰ ਹੋਣੀ ਚਾਹੀਦੀ ਰਿਪੋਰਟ ਜਨਤਕ ਹੋਣੀ ਚਾਹੀਦੀ ਪੜਤਾਲ ਚ ਕੀ ਬਾਹਰ ਆ ਲੋਕ ਵੀ ਨਾ ਸਿਆਸੀ ਪਾਰਟੀਆਂ ਦੇ ਢੋਲੀ ਚੱਕ ਜੇ ਇਦਾਂ ਬਣ ਜਾਂਦੇ ਕਈ ਵਾਰ ਵੀ ਕਹਿੰਦੇ ਇੱਕ ਵਾਰੀ ਨਾ ਜੂਨ ਦੇ ਮਹੀਨੇ ਦੇ ਵਿੱਚ ਬੰਦਾ ਐ ਮੁਰਕੋ ਮੁਰਕੀ ਹੋਇਆ ਉਹ ਐ ਕਰਕੇ ਨਾ ਪਸੀਨਾ ਕਰੇ ਵਾਰ-ਵਾਰ ਮੁਰਕਾ ਐ ਕਰੇ ਉਹ ਕਹਿੰਦਾ ਗਰਮੀ ਨੇ ਵੱਟ ਕੱਢੇ ਪਏ ਆ ਦੂਜਾ ਸਿਕਾ ਹੋਰ ਪਾਰਟੀ ਦਾ ਕਹਿੰਦਾ ਹੂੰ ਜਦੋਂ ਥੋੜੀ ਸਰਕਾਰ ਸੀ ਉਦੋਂ ਕਢਾਉਂਦਾ ਸੀ ਉਦੋਂ ਕਿਹੜਾ ਮੁਰਕਾ ਹੁੰਦਾ ਨਹੀਂ ਸੀ ਸਾਡੀ ਸਰਕਾਰ ਦੇ ਵਿੱਚ ਵੱਧ ਆਉਂਦਾ ਹੈ ਹਰ ਗੱਲ ਨੂੰ ਉਧਰ ਜੋੜ ਕੇ ਵੇਖਣਾ ਹੁੰਦਾ ਪਰ ਵਾਕਈ ਜਿਹੜੇ ਕੌਮਿਆਂ ਚ ਵਿਗਿਆਨੀ ਸਾਹਿਬ ਨੇ ਇਹਨਾਂ ਨੂੰ ਵਾਕਈ ਰਾਜਨੀਤੀ ਛੱਡ ਕੇ ਵਿਗਿਆਨ ਦੇ ਵਿੱਚ ਕੁਝ ਕਰਨਾ ਚਾਹੀਦਾ ਹੈ ਵਿਗਿਆਨੀਆਂ ਨੂੰ ਇਹਨਾਂ ਦੀ ਸ਼ਾਇਦ ਬਹੁਤ ਲੋੜ ਹੋਵੇ ਇੰਨੀ ਵੱਡੀ ਖੋਜ ਕੱਢ ਮਾਰੀ ਹੈ ਪਰ ਨ ਮੈਂ ਥੋੜਾ ਜਿਹਾ ਵੇਰਵਾ ਪੜਿਆ ਉਸ ਵੇਰਵੇ ਦੇ ਵਿੱਚ ਇਹ ਗੱਲ ਲਿਖੀ ਸੀ ਵੀ ਕਿਸ ਤਰੀਕੇ ਦੇ ਨਾਲ ਚੀਨ ਦੇ ਵਿੱਚ ਬੀਜਿੰਗ ਸ਼ਹਿਰ ਦੇ ਵਿੱਚ ਜਦੋਂ ਕੁਝ ਕੁ ਬਰੇ ਪਹਿਲਾਂ ਹੋਣਾ ਸੀਗਾ ਮੁਕਾਬਲਾ ਇੱਥੇ 올림픽 ਦਾ ਹਾਂਜੀ ਉੱਥੇ 올림픽 ਦੇ ਮੁਕਾਬਲੇ ਵਾਲੇ ਦਿਨ ਕਹਿੰਦੇ ਵੀ ਮੀਂਹ ਪੈ ਜਾਣਾ ਤੇ ਮੀਂਹ ਪਿਆ ਬੜਾ ਭਾਰੀ ਕਹਿੰਦੇ ਫਿਰ ਉੱਥੇ ਨਾ ਨਕਲੀ ਮੀਂਹ ਪਵਾਇਆ ਜਿਹੜੇ ਉੱਥੋਂ ਦੇ ਮਾਹਰ ਹੈਗੇ ਆ ਉਹਨਾਂ ਨੇ ਕੋਈ ਅਸਮਾਨ ਦੇ ਵਿੱਚ ਕੋਈ ਜੋਜੋ ਨਾਲਸ ਸਿਸਟਮ ਸੀ ਸਿਸਟਮ ਸੀ ਦਾ ਪ੍ਰਬੰਧ ਸੀਗਾ ਉਹਦੇ ਰਾਹੀਂ ਪਹਿਲਾਂ ਹੀ ਪਵਾ ਲਿਆ ਉਹ ਕਹਿੰਦੇ ਵੀ ਮੈਚ ਆ ਜਿਹੜਾ ਉਹ ਟੂਰਨਾਮੈਂਟ ਉਹਦੇ ਵਿੱਚ ਕੋਈ ਵਿਗੜ ਨਾ ਪਾਵੇ ਮਤਲਬ ਦੁਨੀਆ ਦੇ ਵਿੱਚ ਆ ਖੋਜਾਂ ਚੱਲਦੀਆਂ ਵੀ ਮੀਂਹ ਕਦੋਂ ਪੋਣਾ ਤੇ ਕਦੋਂ ਰੋਕਣਾ ਜੀ ਉਦੋਂ ਪਤਾ ਲੱਗਾ ਵੀ ਚੀਨ ਦੇ ਵਿੱਚ ਨਕਲੀ ਚੰਦ ਜਿਹੜਾ ਉਹ ਤਿਆਰ ਕਰ ਲਿਆ ਗਿਆ ਜੀ ਸੂਰਜ ਦੀਆਂ ਗੱਲਾਂ ਵੀ ਤਾਂ ਚੱਲੀਆਂ ਸੀ ਟਾਣਾ ਸਾਹਿਬ ਵੀ ਆਪਣਾ ਹੀ ਸੂਰਜ ਬਣਾ ਲੈਣਾ ਉਹਨਾਂ ਨੇ ਬਿਲਕੁਲ ਉਹ ਕਹਿੰਦੇ ਜਿਹੜਾ ਚੰਦ ਆ ਉਹਦੀ ਆਪਾਂ ਰੌਸ਼ਨੀ ਵੱਧ ਤੋਂ ਵੱਧ ਲੈਣੀ ਆ ਉਹ ਨਕਲੀ ਚੰਦ ਦਾ ਪ੍ਰਬੰਧ ਕਰਨ ਲੱਗੇ ਆ ਤੇ ਆਪਾਂ ਇਹ ਗੱਲ ਕਹਿੰਦੇ ਵੀ ਇਹ ਕੋਈ ਸਾਜ਼ਿਸ਼ ਆ ਇਹ ਜਿਹੜਾ ਮ ਇਦੇ ਪਿੱਛੇ ਪੜਤਾਲ ਹੋਊਗੀ ਹੂੰ ਹੁਣ ਦੇਖੋ ਇਦਾਂ ਦੀਆਂ ਗੱਲਾਂ ਹੁੰਦੀਆਂ ਤਾਂ ਹਾਸਾ ਆਉਂਦਾ ਵੀ ਸਾਡੇ ਨੇਤਾ ਸਭ ਕੀ ਕਹਿੰਦੇ ਆ ਪੜਤਾਲ ਤਾਂ ਇਸ ਚੀਜ਼ ਦੀ ਹੋਣੀ ਚਾਹੀਦੀ ਹੈ ਵੀ ਕਿਹਨੇ-ਕਿਹਨੇ ਕੁਦਰਤ ਦਾ ਘਾਣ ਕਿਵੇਂ-ਕਿਵੇਂ ਕੀਤਾ ਹੈ ਕਿ ਜਿਹਦੇ ਕਰਕੇ ਕੁਦਰਤ ਇੰਨਾ ਜ਼ਿਆਦਾ ਬਦਲਾਖੋਰੀ ਦੇ ਉੱਪਰ ਉਤਰ ਆਈ ਹੈ ਪੜਤਾਲ ਤਾਂ ਇਹ ਹੋਣੀ ਚਾਹੀਦੀ ਹੈ ਕਿ ਕਿਹਨੇ-ਕਿਹਨੇ ਕੀ-ਕੀ ਆਪਣਾ ਜਿਹੜਾ ਮਾੜਾ ਯੋਗਦਾਨ ਇਸ ਕੰਮ ਦੇ ਵਿੱਚ ਪਾਇਆ ਕਿ ਅਸੀਂ ਸੋਚਿਆ ਹੀ ਨਹੀਂ ਵੀ ਅਸੀਂ ਕਰੀ ਕੀ ਜਾਣੇ ਕਦੇ ਰੁੱਖ ਵੱਢੀ ਜਾਣੇ ਆ ਜਿੱਧਰ ਨੂੰ ਮਰਜ਼ੀ ਅਸੀਂ ਦਰਿਆ ਦਾ ਜਿਹੜਾ ਮੋਹਣਾ ਉਹ ਬਦਲ ਦਿੰਨੇ ਆ ਜੋ ਮਰਜ਼ੀ ਜਿੱਧਰ ਮਨ ਆਈਆਂ ਕਰਦੇ ਆ ਅਸੀਂ ਆਪਣਾ ਹਨਾ ਵੀ ਅਸੀਂ ਕੁਦਰਤ ਨੂੰ ਇਹ ਕਹਿੰਨੇ ਆ ਵੀ ਅ ਪਰ ਕੁਦਰਤ ਦਿਖਾਉਂਦੀ ਹੈ ਵੀ ਨਹੀਂ ਮੇਰੇ ਤੋਂ ਉੱਪਰ ਕੁਝ ਵੀ ਨਹੀਂ ਆ ਤੂੰ ਇਨਸਾਨ ਹੈ ਇਨਸਾਨ ਬਣ ਕੇ ਰਹਿ ਪਰ ਤਾਂ ਵੀ ਇਨਸਾਨਾਂ ਨੂੰ ਸਮਝ ਨਹੀਂ ਆਉਂਦੀ ਇਸ ਲਈ ਇਹਨਾਂ ਨੂੰ ਤਾਂ ਛੇਤੀ ਪੜਤਾਲ ਸ਼ੁਰੂ ਕਰਨੀ ਚਾਹੀਦੀ ਤੇ ਰਿਪੋਰਟ ਵੀ ਜਨਤਕ ਕਰ ਦੇਣ ਵੀ ਕਿਹਦਾ ਹੱਥ ਸੀ ਤੇ ਜਿਹੜਾ ਚੰਦ ਚੀਨ ਤਿਆਰ ਕਰਦਾ ਤੇ ਉਹ ਜੇ ਦੋ ਦੋ ਹੋ ਗਏ ਤਾਂ ਮੇਰੇ ਤਰ੍ਹਾਂ ਦਾ ਵੀਰਾਂ ਨੇ ਤਾਂ ਗਾਹ ਪਾ ਲੈਣਾ ਕਿਵੇਂ ਮਾਨਾ ਗਾਣੇ ਵੀ ਉਦਾਂ ਦੇ ਬਣਨਗੇ ਦੋ ਦੋ ਤਿੰਨ ਤਿੰਨ ਗਾਣੇ ਇਕੱਠੇ ਰਿਲੀਜ਼ ਕਰਨੇ ਪਿਆ ਕਰਨੇ ਤੂੰ ਚੰਡ ਤੇ ਚਕੋਰਤੀ ਮ ਗੜਵਾ ਤੇ ਡੋਰ ਪਤਾ ਨਹੀਂ ਕਿ ਕਿ ਗਾਣੇ ਇੱਥੇ ਬਣਨੇ ਹੋਰ ਹਾਂ ਨਹੀਂ ਤੇ ਡੈਣਾ ਸਾਹਿਬ ਜਿੱਦਣ ਮੱਸਿਆ ਹੋਏਗੀ ਜਾਂ ਜਿੱਦਣ ਕਹਿ ਲਓ ਵੀ ਕਿਉਂਕਿ ਉਸ ਦਿਨ ਚੰਨ ਨਹੀਂ ਨਜ਼ਰ ਆਉਂਦਾ ਉਸ ਦਿਨ ਫਿਰ ਜਿਹੜਾ ਨਕਲੀ ਚੰਨ ਆ ਉਹ ਦੇਖੂਗਾ ਕਿ ਨਹੀਂ ਮੈਨੂੰ ਕੀ ਪਤਾ ਭਾਈ ਚੀਨ ਦੇ ਵਿੱਚ ਕੀ ਕਰਦੇ ਤੇ ਕੀ ਨਹੀਂ ਕਰਦੇ ਨਹੀਂ ਤਕਨੀਕ ਬੜੀ ਤੇਜ਼ ਪਰ ਇਹ ਅਭੀ ਉਹ ਲੱਗੇ ਹੀ ਰਹਿੰਦੇ ਕਿਸੇ ਨਾ ਕਿਸੇ ਪਾਸੇ ਕੋਈ ਦਾ ਕੋਈ ਵਿਚਲਾ ਸੱਪ ਕੱਢਦੇ ਰਹਿੰਦੇ ਆ ਤੇ ਚੀਨ ਵਾਲੇ ਆ ਜਿਹੜੇ ਸਾਡੇ ਭਾਈ ਸਾਹਿਬ ਵਿਗਿਆਨੀ ਨੇ ਇਹਨਾਂ ਨੂੰ ਵੀ ਲੈ ਜਾਣ ਅਬ ਹੌਲੀ ਹੌਲੀ ਜਦੋਂ ਉਹਨਾਂ ਨੇ ਆਪ ਥੱਕ ਗਏ ਨਾ ਫਿਰ ਸਾਡੇ ਵਾਲੇ ਕੰਮ ਹੋਣੇ ਆ ਜਿਹੜੇ ਪਾਥੀ ਦੇ ਨਾਲ ਇਹੋ ਜਿਹਾ ਕੋਈ ਕਾਰਨਾਮਾ ਕਰਨਗੇ ਉਹ ਕਹਿਣਗੇ ਵੀ ਇਹਦੀ ਧੂਣੀ ਦੇ ਕੇ ਹੁਣ ਪਾਥੀ ਨਾਲ ਹਾਂ ਅਸੀਂ ਕਮਾਲਾਂ ਕਰ ਦੇਣੀਆਂ ਜੀ ਉਹ ਵੀ ਹਾਜ਼ਰ ਹੈ ਚੰਚ ਦਾ ਵੀ ਚਾਹ ਹਰਮਨਜੀਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਕਹਿੰਦੇ ਨਿਆਣੇ ਘਟ ਗਏ ਹਾਂਜੀ ਦਾਖਲੇ ਬੜੇ ਘਟ ਗਏ ਜੀ 2 ਲੱਖ ਬੱਚਾ ਦੇ ਦਾਖਲੇ ਘਟੇ ਆ 2 ਲੱਖ ਦਾਖਲੇ ਘਟਣ ਦੇ ਕਰਕੇ ਤੇ ਹੁਣ ਇੱਕ ਦੂਜੇ ਦੇ ਉੱਤੇ ਬਾਛੜ ਦੋਸ਼ਾਂ ਦੀ ਇੱਕ ਦੋਸ਼ਾਂ ਦੀ ਮਿਹਣਿਆਂ ਦੀ ਤਾਨਿਆਂ ਦੀ ਸ਼ੁਰੂ ਹੋ ਗਈ ਆ ਪ੍ਰਗਟ ਸਿੰਘ ਜਿਹੜੇ ਕਿ ਸਾਬਕਾ ਸਿੱਖਿਆ ਮੰਤਰੀ ਆ ਉਹ ਕਹਿੰਦੇ ਵੀ ਪਤਾ ਹੀ ਸੀਗਾ ਦਿੱਲੀ ਵਾਲਾ ਮਾਡਲ ਇੱਥੇ ਤਾਂ ਫੇਰ ਹੋ ਜਾਣਾ ਠੁੱਸ ਪਟਾਕਾ 25 ਪੈਸੇ ਵਾਲਾ ਜੀ ਉਹ ਕਹਿੰਦੇ ਪਹਿਲੇ ਸਾਲ ਦੇ ਵਿੱਚ ਹੀ ਵੇਖ ਲਓ ਆ ਨਤੀਜਾ ਸਾਰਿਆਂ ਦੇ ਸਾਹਮਣੇ ਆ ਵੀ ਇੰਨੇ ਦਾਖਲੇ ਘਟ ਗਏ ਆ 2016 ਤੋਂ ਬਾਅਦ ਲਗਾਤਾਰ ਕਹਿੰਦੇ ਜਦੋਂ ਅਸੀਂ ਸੀ ਨਾ ਸਰਕਾਰ ਦੇ ਵਿੱਚ ਉਦੋਂ 2016 ਤੋਂ ਬਾਅਦ ਲਗਾਤਾਰ ਦਾਖਲੇ ਵਧੇ ਸੀ ਆ ਹੁਣ ਵੇਖ ਲਓ ਸਤਾਰਾਂ ਦੇ ਵਿੱਚ ਕਾਂਗਰਸੀ ਸਰਕਾਰ ਆਈ ਸੀ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਜਿੰਨਾ ਚਿਰ ਅਸੀਂ ਰਹੇ ਹਾਂ ਲਗਾਤਾਰ ਪੰਜਾਬ ਦੇ ਸਰਕਾਰੀ ਸਕੂਲਾਂ ਚ ਦਾਖਲੇ ਵਧੀ ਗਏ ਵਧੀ ਗਏ ਵਧੀ ਗਏ ਵਧੀ ਗਏ ਵਧੀ ਗਏ ਤੇ ਤੁਹਾਨੂੰ ਆਇਆਂ ਨੂੰ 4 ਮਹੀਨੇ ਹੋਏ ਆ ਤੇ ਹੁਣ ਦੇਖੋ 2 ਲੱਖ ਦਾ ਘਾਟਾ ਤੁਸੀਂ ਕਹਿੰਦੇ ਵੀ ਭਾਈ ਦਿੱਲੀ ਵਾਲਾ ਮਾਡਲ ਕਰੂਗਾ ਪਟਾਕੇ ਪਾਊਗਾ ਕਮਾਲਾ ਕਰ ਦੂਗਾ 8 ਸਪਟਾਕਾ 25 ਪੈਸੇ ਵਾਲਾ ਆ ਕੁੱਕੜ ਪਟਾਕਾ ਤੁਹਾਡੇ ਵਾਲਾ ਉਧਰੋਂ ਹਰਜੋਤ ਸਿੰਘ ਵੈਸ ਨੇ ਕਿਹਾ ਉਹ ਕਹਿੰਦੇ ਮਹੀਨੇ ਸਾਨੂੰ ਹੋਏ 4 ਇਹ ਤੁਹਾਡੀਆਂ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਗੰਢਾਂ ਨਾ ਇਹ ਮੂੰਹ ਨਾਲ ਖੁੱਲਣੀਆਂ ਪੈਣਗੀਆਂ ਇਸ ਕਰਕੇ ਤੁਸੀਂ ਬੜਾ ਨੁਕਸਾਨ ਕਰਕੇ ਗਏ ਆ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਤੁਸੀਂ ਲਾਪਰਵਾਹ ਲੋਕ ਰਹੇ ਆ ਤੁਹਾਡੇ ਰਾਜ ਦੇ ਵਿੱਚ ਤਾਂ ਇਦਾਂ ਦੇ ਫੈਸਲੇ ਕੀਤੇ ਗਏ ਜਿਹਦੇ ਕਰਕੇ ਸਰਕਾਰੀ ਸਿੱਖਿਆ ਪ੍ਰਣਾਲੀ ਲਈ ਤੋਂ ਲੱਥ ਗਈ ਸਕੂਲਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਉਦੋਂ ਹੀ ਮਾਰ ਕੇ ਕੂਚੀ ਉੱਤੇ ਸਮਾਰਟ ਸਕੂਲ ਲਿਖਦੇ ਰਹੇ ਆ ਬੱਚਿਆਂ ਦੀਆਂ ਕਿਤਾਬਾਂ ਨਹੀਂ ਹਲੇ ਤੱਕਆਂ ਤੁਸੀਂ ਛਪੜੀਆਂ ਨਹੀਂ ਦਿੱਤੀਆਂ ਸਿਗੀਆਂ ਸੋ ਇਦਾਂ ਦੀਆਂ ਗੱਲਾਂ ਬਾਤਾਂ ਮਿਹਣੋ ਮਣੀ ਹਰਜੋਤ ਸਿੰਘ ਬੈਂਸ ਹੈਗੇ ਵਰਤਮਾਨ ਸਿੱਖਿਆ ਮੰਤਰੀ ਤੇ ਪ੍ਰਗਟ ਸਿੰਘ ਹੈਗੇ ਸਾਬਕਾ ਟਵੀ ਟੁੱਟ ਵਿਟੀ ਹੋਏ ਪਏ ਆ ਬਿਲਕੁਲ ਹੋਏ ਪਏ ਆ ਆ ਟੈਣਾ ਸਾਹਿਬ ਜੇਕਰ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਪ੍ਰਾਇਮਰੀ ਤੋਂ 12ਵੀਂ ਤੱਕ ਜਿਹੜੀ ਕਲਾਸ ਹੈ ਉਹਦੇ ਵਿੱਚ ਕਹਿੰਦੇ ਐ ਕਿ 28,36,000 ਦਾਖਲੇ ਜਿਹੜੇ ਹੋਏ ਆ ਜਦਕਿ 2021-22 ਦੇ ਵਿੱਚ ਇਹ 30,40,000 ਸੀ ਯਾਨੀ 7% ਦੀ ਦਾਖਲੇ ਜਿਹੜੇ ਉਹ ਘਟ ਗਏ ਨੇ ਹਾਂ ਇਹ ਤਾਂ ਬੇ ਮਾੜੀ ਗੱਲ ਦੇਖੋ ਗੱਲ ਇਹ ਹੈ ਜਨਾਬ ਸਾਹਿਬ ਵੀ ਮੈਂ ਕਿਸੇ ਪਾਰਟੀ ਦਾ ਪੱਖ ਨਹੀਂ ਲੈ ਰਹੀ ਪਰ ਜੇ ਆਪਾਂ ਨਿਰਪੱਖ ਹੋ ਕੇ ਗੱਲ ਕਰੀਏ ਤਾਂ ਮੈਨੂੰ ਇਹ ਲੱਗਦਾ ਹੈ ਕਿ 2-4 ਮਹੀਨਿਆਂ ਦੇ ਵਿੱਚ ਤਾਂ ਕੋਣ ਕੀ ਦਿਖਾ ਦੇਊਗਾ ਹਨਾ ਵੀ ਕੋਣ ਕਿੰਨਾ ਕੁ ਕੰਮ ਕਰਕੇ ਦਿਖਾ ਦੇਊਗਾ ਠੀਕ ਹੈ ਕੰਮ ਹੋਣਾ ਚਾਹੀਦਾ ਉਹ ਦਿਖਣਾ ਚਾਹੀਦਾ ਵੀ ਕੁਝ ਹੋ ਰਿਹਾ ਹੈ ਪਰ ਨਤੀਜਾ ਸਾਹਮਣੇ ਨਹੀਂ ਆ ਸਕਦਾ ਹੈ ਨਾ ਦੋਆਂ ਚੌ ਮਹੀਨਿਆਂ ਦੇ ਵਿੱਚ ਕਿੰਨੀ ਕ ਸਥਿਤੀ ਸੁਧਰ ਚੁਗੀ ਜਾਂ ਵਿਗੜ ਚੁਗੀ ਆਪਾਂ ਸਾਰੇ ਜਾਣਦੇ ਆ ਗੱਲ ਇਹ ਹੈ ਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਕੁਚੀ ਫੇਰ ਫੇਰ ਕੇ ਜਿਹੜਾ ਸਮਾਰਟ ਸਕੂਲ ਲਿਖਿਆ ਉਹਦੇ ਬਾਬਤ ਬਹੁਤ ਸਾਰੀਆਂ ਖਬਰਾਂ ਪਹਿਲਾਂ ਵੀ ਆਉਂਦੀਆਂ ਆ ਰਹੀਆਂ ਨੇ ਤੇ ਅਗਲੀ ਬੇਨਤੀ ਇੱਕ ਹੋਰ ਆ ਵੀ ਭਾਈ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਥਿਤੀ ਹੋਵੇ ਬਹੁਤ ਵਧੀਆ ਇਹਦੀ ਅਸੀਂ ਕਾਮਨਾ ਕਰਦੇ ਹਾਂ ਬਿਲਕੁਲ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜੋ ਕੁਝ ਕੀਤਾ ਲੋਕਾਂ ਨੇ ਸਦਾ ਦੇ ਰੂਪ ਦੇ ਵਿੱਚ ਉਹਨਾਂ ਨੂੰ ਪਰੇ ਧੱਕੇ ਕਰਤਾ ਪਰ ਜਿਨ੍ਹਾਂ ਨੂੰ ਵਰਤਮਾਨ ਸਰਕਾਰ ਨੂੰ ਜਿਹਨੂੰ 92 ਵਿਧਾਇਕ ਦਿੱਤੇ ਆ ਜੀ ਉਹਨਾਂ ਦੇ ਉੱਤੇ ਹੁਣ ਆਉਂਦੇ 4.5 ਪੌਣੇ 5 ਸਾਲ ਦੀ ਜ਼ਿੰਮੇਵਾਰੀ ਬਾਕੀ ਪਈ ਆ ਬਿਲਕੁਲ ਪਈ ਆ ਬੇਨਤੀ ਉਹਨਾਂ ਨੂੰ ਇਹ ਆ ਕਿ ਉਹ ਚਮਤਕਾਰ ਕਰਕੇ ਦਿਖਾਉਣ ਉਹ ਸਕੂਲਾਂ ਦੀ ਸਥਿਤੀ ਐਸੀ ਕਰ ਦੇਣ ਵੀ ਵਿਧਾਇਕ ਵੀ ਕਹਿਣ ਵੀ ਅਸਤਾਵ ਦੇ ਨਿਆਣੀ ਇਹਨਾਂ ਸਰਕਾਰੀ ਸਕੂਲਾਂ ਚ ਪੜਾਉਣੇ ਆ। ਤੇ ਜਾਂ ਹੁਣ ਦੱਸ ਦਿਓ ਵੀ ਆਮ ਆਦਮੀ ਪਾਰਟੀ ਦੇ ਕਿੰਨੇ ਵਿਧਾਇਕਾ ਜਿਹਨਾਂ ਨੇ ਪੈਂਦੀ ਸੱਟੇ ਆਪਦੇ ਨਿਆਣੇ ਸਰਕਾਰੀ ਸਕੂਲਾਂ ਚ ਲਾਤੇ। ਜਾਂ ਪਿਛਲੀਆਂ ਸਰਕਾਰਾਂ ਦੇ ਕਿੰਨੇ ਕੁ ਵਿਧਾਇਕ ਤੇ ਮੰਤਰੀ ਤੇ ਵੱਡੇ ਵੱਡੇ ਅਧਿਕਾਰੀ ਤੇ ਸਲਾਹਕਾਰ ਹੋ ਜੇ ਆ ਜਿਨ੍ਹਾਂ ਨੇ ਆਪਦੇ ਬੱਚੇ ਸਰਕਾਰੀ ਸਕੂਲਾਂ ਚ ਲਾਏ ਸੀ। ਜਿੰਨੀ ਦੇਰ ਤੱਕ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਮੰਤਰੀ ਸੰਤਰੀ ਆਪਦੇ ਨਿਆਣੇ ਨੇ ਢਾਖਲ ਕਰਦੇ। ਜਿੰਨੀ ਦੇਰ ਤੱਕ ਮੰਤਰੀ ਸੰਤਰੀ ਬਿਮਾਰ ਹੋਣ ਤੋਂ ਬਾਅਦ ਆਪ ਸਰਕਾਰੀ ਹਸਪਤਾਲਾਂ ਚ ਦਾਖਲ ਨਹੀਂ ਹੁੰਦੇ ਇਹਦਾ ਮਤਲਬ ਇਹ ਆ ਵੀ ਓਨੀ ਦੇਰ ਤੱਕ ਪਾਰਦਰਸ਼ਤਾ ਵਾਲੀ ਗੱਲ ਨਹੀਂ ਹੋਣੀ ਕਿਉਂਕਿ ਇਹ ਮਾਤੜ ਲੋਕਾਂ ਨੇ ਸਕੂਲ ਤੇ ਮਾਤੜ ਲੋਕਾਂ ਦੇ ਹਸਪਤਾਲ ਬਣ ਗਏ ਆ ਤੁਸੀਂ ਆਪ ਉਥੇ ਦਾਖਲ ਹੋਇਆ ਕਰੋ ਆ ਦੇਖਿਓ ਹੁਣ ਜਦੋਂ ਕੋਈ ਵੀ ਬਿਮਾਰ ਹੁੰਦਾ ਕਿੰਨੇ ਕ ਜਾਣੇ ਆ ਅੱਜ ਤੱਕ ਜਿਹੜੇ ਸਰਕਾਰੀ ਹਸਪਤਾਲ ਚ ਦਾਖਲ ਹੋਏ ਆ ਗੱਲ ਤਾਂ ਉਹੀ ਐ ਨਾ ਡਾਣਾ ਸਾਹਿਬ ਵੀ ਕਹਿ ਨਹੀਂ ਕਰਨੀ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਵੈਸੇ ਵੀ ਆਮ ਆਦਮੀ ਪਾਰਟੀ ਦੇ ਸਰਕਾਰ ਸੱਤਾ ਚ ਵੀ ਇਸ ਗੱਲ ਨੂੰ ਕਹਿ ਕਹਿ ਕੇ ਆਈ ਹੈ ਕਿ ਅਸੀਂ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰਾਂਗੇ ਜੋ ਦਿੱਲੀ ਦੇ ਵਿੱਚ ਸਰਕਾਰੀ ਸਕੂਲ ਨੇ ਜਿਹੜੇ ਕਿ ਮਾਡਲ ਸਕੂਲ ਬਣ ਗਏ ਅਸੀਂ ਉਵੇਂ ਦੇ ਸਕੂਲ ਜਿਹੜੇ ਆ ਉਹ ਪੰਜਾਬ ਦੇ ਵਿੱਚ ਵੀ ਬਣਾਵਾਂਗੇ ਸੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਐ ਕਿ ਉਹ ਬਣਾਉਣ ਪਰ ਜੋ ਕੁਝ ਪਿਛਲੇ ਆਣੇ ਕੀਤਾ ਭੁੱਲਣਾ ਉਹ ਵੀ ਨਹੀਂ ਚਾਹੀਦਾ ਮੈਂ ਤਾਂ ਇੱਕ ਸਕੂਲ ਇਹੋ ਜਿਹਾ ਵੀ ਦੇਖਿਆ ਵੀ ਜਿੱਥੇ ਕਿਸ਼ਤੀਆਂ ਹੀ ਲੈਣੇ ਜਾਂਦੇ ਆ ਦਰਿਆ ਨੂੰ ਪਾਰ ਕਰ ਰਹੇ ਆ ਸੋ ਭਾਈ ਉਸ ਥਾਂ ਦੇ ਉੱਤੇ ਪੁਲ ਪੜ ਵੀ ਮਾੜਾ ਮੋਟਾ ਬਣਾ ਲਗੇ ਸਕੂਲ ਨੇੜੇ ਦਾ ਪ੍ਰਬੰਧ ਵੀ ਕਰ ਲਗੇ ਉਹ ਵੀ ਬੱਚੇ ਪੰਜਾਬ ਦਾ ਹਿੱਸਾ ਉਹਨਾਂ ਬੱਚਿਆਂ ਨੇ ਵੀ ਜ਼ਿੰਦਗੀ ਦੇ ਵਿੱਚ ਕੁਝ ਪੰਜਾਬ ਦੇ ਲਈ ਸ਼ਹਿਰ ਕਰ ਦਿਖਾਉਣਾ ਹੋਵੇ ਮਾੜਾ ਮੋਟਾ ਚਾਰੇ ਪਾਸੇ ਸੋਚ ਗਏ ਇਹ ਨਾ ਕਰਗੇ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਤਾਂ ਬਹੁਤ ਸਾਰੀਆਂ ਹਨ ਤੇ ਹੱਲ ਕਿਨੇ ਕਰ ਲਈਆਂ ਭੂਆ ਨੇ ਆਪਾਂ ਹੀ ਕਰਨੀਆਂ ਬਿਲਕੁਲ ਨਾਲੇ ਗੱਲ ਇਹ ਹੈ ਨਾ ਕਿ ਹਾਲਾਂਕਿ ਬਹੁਤ ਸਾਰੇ ਐਨ ਆਰ ਆਈਸ ਦੀ ਬਦੌਲਤ ਬਹੁਤ ਸਾਰੀਆਂ ਪਿੰਡ ਦੀਆਂ ਪੰਚਾਇਤਾਂ ਦੀ ਬਦੌਲਤ ਬਹੁਤ ਸਾਰੇ ਅਧਿਆਪਕ ਸਹਿਬਾਨਾਂ ਦੀ ਬਦੌਲਤ ਬਹੁਤ ਸਾਰੇ ਸਰਕਾਰੀ ਸਕੂਲ ਇਹ ਹੋ ਜੈ ਨੇ ਜਿਹੜੇ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੇ ਕਿ ਵਾਕਈ ਸਮਾਰਟ ਸਕੂਲ ਬਣ ਗਏ ਨੇ ਪਰ ਉਹਦੇ ਵਿੱਚ ਸਰਕਾਰ ਦਾ ਯੋਗਦਾਨ ਹੁਣ ਤੱਕ ਬਹੁਤ ਟੈਕਸ ਦੀ ਰਿਆ ਇਹ ਸਿਰਫ ਤੇ ਸਿਰਫ ਲੋਕਾਂ ਦੀ ਆਪਣੀ ਮਿਹਨਤ ਦਾ ਕਰਕੇ ਉਹਨਾਂ ਦੇ ਚੰਗੇ ਨਤੀਜੇ ਆਏ ਨੇ ਸੋ ਇਸ ਲਈ ਹੁਣ ਸਰਕਾਰਾਂ ਵੀ ਜ਼ਿੰਮੇਵਾਰੀ ਪਛਾਣਨ ਤੇ ਉਹ ਵੀ ਅੱਗੇ ਆਉਣ ਕਿ ਅਸੀਂ ਲੋਕਾਂ ਦੇ ਮੋਢਿਆਂ ਤੋਂ ਬੋਝ ਜਿਹੜਾ ਹਲਕਾ ਕਰਨਾ ਹੁਣ ਅਸੀਂ ਕੰਮ ਕਰਕੇ ਦਿਖਾਵਾਂਗੇ ਬਿਲਕੁਲ ਸਹੀ ਆਦੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਹਰਮਨ ਜੀ ਅੱਜ ਨਾਲ ਜਦੋਂ ਮੈਂ ਸਵੇਰ ਦੇ ਵੇਲੇ ਦਫ਼ਤਰ ਆਉਂਦਾ ਸੀ ਤਾਂ ਮੈਂ ਲਾਲ ਬੱਤੀ ਦੇ ਨਾਲ ਇੱਕ ਪਾਸੇ ਖੜ ਗਿਆ ਅੱਛਾ ਜੀ ਮੈਨਾਂ 3-4 ਵਾਰੀ ਲਾਲ ਬੱਤੀ ਹੋਈ ਉਸ ਤੋਂ ਬਾਅਦ ਹਰੀ ਹੋਈ ਪੀਲੀ ਹੋਈ ਮੈਂ ਉੱਥੇ ਖੜਾ ਰਿਆ ਮੈਂ ਕਿਹਾ ਵੀ ਨਵਾਂ ਨਵਾਂ ਨਿਯਮ ਬਣਿਆ ਵੀ ਭਾਈ ਜਿਹੜਾ ਵੀ ਬੰਦਾ ਲਾਲ ਬੱਤੀ ਨੂੰ ਟੱਪੂਗਾ ਤੇ ਉਹਨੂੰ ਜੁਰਮਾਨਾ ਇੰਨਾ ਹੋਇਆ ਕਰੂਗਾ ਜਿਹੜਾ ਵੀ ਬੰਦਾ ਫੋਨ ਸੁਣਦਾ ਲੰਘਿਆ ਕਰੂਗਾ ਉਹਨੂੰ ਜੁਰਮਾਨਾ ਇੰਨਾ ਹੋਇਆ ਕਰੂਗਾ ਜਿਹਨੇ ਹੈਲਮਟ ਨਹੀਂ ਪਾਇਆ ਹੋਊਗਾ ਉਹਨੂੰ ਜੁਰਮਾਨਾ ਇੰਨਾ ਹੋਇਆ ਕਰੂਗਾ ਮੈਂ ਕਿਹਾ ਮੈਂ ਦੇਖਾਂ ਤਾਂ ਸਹੀ ਜੜੀਆਂ ਇਹ ਖਬਰਾਂ ਆਈਆਂ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਇਹਦਾ ਲੋਕ ਮਾਨਸਿਕਤਾ ਦੇ ਉੱਤੇ ਅਸਰ ਕਿੰਨਾ ਹੋਇਆ ਜੀ ਹਲੇ ਮੈਂ ਸੋਚੀ ਜਣਾ ਜੇ ਮੈਨੂੰ ਖੜੇ ਨੂੰ ਮੇਰੇ ਅਕਲ ਵੀ 20 ਕੇ ਸਕਿੰਟ ਹੋਏ ਆ ਤੇ ਤਿੰਨ ਜਣੇ ਆਉਂਦੇ ਮੋਟਰਸਾਈਕਲ ਤੇ ਉਹ ਤਿੰਨ ਜਣੇ ਆ ਤਿੰਨਾਂ ਦੇ ਵਿੱਚੋਂ ਕਿਸੇ ਨੇ ਹੈਲਮਟ ਨਹੀਂ ਪਾਇਆ ਅੱਛਾ ਜੀ ਤੇ ਲਾਲ ਬੱਤੀ ਨੂੰ ਬਰੂ ਕਰਕੇ ਉਹ ਟੱਪ ਗਏ ਆ ਮੈਂ ਕਿਹਾ ਲਓ ਭਗਵੰਤ ਮਾਨ ਲੱਤ ਫੜ ਲੈ ਇਹਨਾਂ ਦੀ ਹੁਣ ਹੂੰ ਇਹੀ ਲੋਕ ਕਹਿਣਗੇ ਸਰਕਾਰੀ ਨਿਯਮਾਂ ਦਾ ਬੁਰਾ ਹਾਲ ਆ ਇਹ ਭਗਵੰਤ ਮਾਨ ਦੀ ਸਰਕਾਰ ਨੇ ਚੱਜ ਦੇ ਕੰਮ ਕਿੱਥੇ ਕਰਨੇ ਆ ਇਹ ਭਗਵੰਤ ਮਾਨ ਦੀ ਸਰਕਾਰ ਨੇ ਕਿੱਥੇ ਕੋਈ ਨਿਯਮ ਸਖਤ ਕਰਨੇ ਆ ਇਹ ਤਾਂ ਜੀ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ ਤੇ ਹੁਣ ਦੱਸੋ ਇਹਨਾਂ ਦੇ ਪਿੱਛੇ ਇਕੱਲੇ-ਇਕੱਲੇ ਦੇ ਪਿੱਛੇ ਘਰ ਤੱਕ ਬੰਦਾ ਜਾਵੇ ਪੁਲਿਸ ਵਾਲਾ ਫਿਰ ਉਸ ਤੋਂ ਬਾਅਦ ਇੱਕ ਬੰਦਾ ਕਾਰ ਦੇ ਵਿੱਚ ਆਉਂਦਾ ਉਹ ਪੂਰਾ ਦੱਸਦਾ ਮੈਨੂੰ ਵੀ ਭਾਈ ਉਹ ਫੋਨ ਤੇ ਲੱਗਾ ਹੋਇਆ ਉਹਨੇ ਸਪੀਕਰ ਜਾਂ ਆਨ ਕੀਤਾ ਹੋਇਆ ਕਰਕੇ ਐ ਆ ਰਿਹਾ ਉਹ ਮੈਂ ਕਹਾਂ ਲੋਕ ਹੋਣ ਦੀ ਕੋਈ ਲਤਪਨ ਨਹੀਂ ਦੱਸੋ ਹੁਣ ਇਹਨੂੰ ਆਪ ਨੂੰ ਅਕਲ ਹੈ ਨਹੀਂਗੀ ਉੱਥੇ ਦੋ ਜਣੇ ਦੀ ਥਾਂ ਤੇ ਚਾਰ ਜਣੇ ਬੈਠੇ ਮੋਟਰਸਾਈਕਲ ਤੇ ਕਾਰ ਦੇ ਵਿੱਚ ਬੰਦੇ ਟੌਰ ਨਾਲ ਆਉਂਦੇ ਆ ਬੈਲਟ ਕਈਆਂ ਨੇ ਨਹੀਂ ਲਾਈ ਹੋਈ ਤੇ ਮੈਂ ਕਿਹਾ ਵੀ ਇਹ ਲੋਕਾਂ ਦੀ ਮਾਨਸਿਕਤਾ ਛੇਤੀ ਨਹੀਂ ਬਦਲ ਸਕਦੀ ਜੇ ਆਪਾਂ ਕਹਿੰਗੇ ਵੀ ਭਾਈ ਅਸੀਂ ਡੰਡੇ ਦੇ ਨਾਲ ਹੀ ਜਾਂ ਜੁਰਮਾਨੇ ਦੇ ਨਾਲ ਹੀ ਅਸੀਂ ਬਦਲ ਦਿਆਂਗੇ ਇਹ ਤਾਂ ਚਕਾਨੀ ਵਧਣੀ ਆ ਇਸ ਤੋਂ ਵੱਧ ਕੇ ਕੁਝ ਨਹੀਂਗਾ ਸੋ ਸਰਕਾਰਾਂ ਵੀ ਸਖਤ ਹੋਣ ਇਹਨਾਂ ਲੋਕਾਂ ਨੂੰ ਕਿਸੇ ਕੀਮਤ ਤੇ ਬਖਸ਼ਾ ਨਾ ਜਾਵੇ ਲੈਣ ਦੇਣ ਵਾਲਾ ਪਰਦੇ ਵਾਲਾ ਕੰਮ ਬੰਦ ਹੋਵੇ ਤੇ ਲੋਕ ਵੀ ਭਾਈ ਮਾੜੀ ਮੋਟੀ ਅਕਲ ਕਰਨ ਯਾਰ ਆਪਾਂ ਸਾਰੀ ਉਮਰ ਲਾਂਬੇ ਦਿੰਦੇ ਕੱਢਤੀ ਸਰਕਾਰ ਦੇ ਆ ਨਹੀਂ ਕੀਤਾ ਉਹਦਾ ਫਰਜ ਐ ਬਣਦਾ ਇਹਦਾ ਫਰਜ ਐ ਬਣਦਾ ਤੇ ਆਪਣਾ ਆਪ ਦਾ ਕਾਹਦਾ ਬਣਦਾ ਆਪਣਾ ਕੋਈ ਨਹੀਂ ਬਣਦਾ ਅਸੀਂ ਸਰਫੋਲਾ ਮੇਦੇ ਨੂੰ ਆ ਬਹੁਤਿਆਂ ਨੂੰ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦੀ ਹਾਂ ਟਾਣਾ ਸਾਹਿਬ ਤੁਸੀਂ ਕਿਤੇ ਰਾਹ ਦੇ ਵਿੱਚ ਖੜੇ ਕਰਕੇ ਕਿਸੇ ਨੂੰ ਵੀ ਪੁੱਛ ਲਿਓ ਬਹੁਤਿਆਂ ਨੂੰ ਇਹ ਪਤਾ ਹੀ ਨਹੀਂ ਹੋਊਗਾ ਕਿ ਨਵੇਂ ਨਿਯਮ ਹੈ ਕੀ ਤੇ ਸਖਤੀ ਨਾਲ ਕਿਵੇਂ ਲਾਗੂ ਹੋਣੇ ਨੇ ਉਹਨਾਂ ਨੂੰ ਇਹ ਜ਼ਰੂਰ ਪਤਾ ਹੋਊਗਾ ਕਿ ਕਿਹੜਾ ਗਾਣਾ ਆਇਆ ਹੈ ਕੌਣ ਕਿਹਦੇ ਨਾਲ ਭੱਜ ਗਿਆ ਕੌਣ ਕਿਹਦੇ ਨਾਲ ਆ ਗਿਆ ਕੌਣ ਕੀ ਕਰ ਰਿਹਾ ਕੌਣ ਕੀ ਨਹੀਂ ਕਰ ਰਿਹਾ ਇਹ ਪਤਾ ਹੋਊਗਾ ਪਰ ਨਵੇਂ ਨਿਯਮ ਕੀ ਆ ਸਰਕਾਰ ਦਾ ਕੀ ਕਹਿਣਾ ਹੈ ਕਿੰਨੀ ਕਿ ਕਿ ਸਖਤੀ ਕੀਤੀ ਜਾ ਰਹੀ ਹੈ ਇਹਦੇ ਬਾਬਤ ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਦੂਜੀ ਗੱਲ ਇਹ ਟਾਣਾ ਸਾਹਿਬ ਪੁਲਿਸ ਮਹਿਕਮੇ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਹਾਲਾਂਕਿ ਬਹੁਤ ਪਾਲਿਸ ਮੈਕਮੇ ਦੇ ਵਿੱਚ ਅਫਸਰ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ ਹਨਾ ਉਹਨਾਂ ਨੂੰ ਵੀ ਉਹਨਾਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਸਖਤੀ ਦੇ ਨਾਲ ਕੁਝ ਦਿਨ ਉਹਨਾਂ ਨੂੰ ਪੇਸ਼ ਆਉਣਾ ਪਊਗਾ ਕਿਉਂਕਿ ਸਾਡੇ ਵਾਲੇ ਲੋਕ ਤਾਂ ਕਿੱਥੇ ਸੌਖਿਆ ਮੰਨਦੇ ਨੇ ਆਪਾਂ ਨੂੰ ਪਤਾ ਹੀ ਹੈ ਤੀਜੀ ਚੀਜ਼ ਇਹ ਜਿਹੜੇ ਨਿਯਮ ਨੇ ਹਰ ਇੱਕ ਤੇ ਲਾਗੂ ਹੁੰਦੇ ਚਾਹੇ ਉਹ ਪੁਲਿਸ ਵਾਲਾ ਹੋਵੇ ਚਾਹੇ ਉਹ ਆਮ ਬੰਦਾ ਹੋਵੇ ਚਾਹੇ ਕੋਈ ਅਫਸਰ ਹੋਵੇ ਮੈਂ ਤੁਹਾਨੂੰ ਦੱਸ ਦਿਆਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਟੈਣਾ ਸਾਹਿਬ ਮੈਂ ਸੜਕ ਦੇ ਉੱਪਰ ਆ ਰਹੀ ਆ ਤੇ ਇੱਕਦਮ ਨਾ ਭੀੜ ਜੀ ਬਹੁਤ ਜ਼ਿਆਦਾ ਵੱਧ ਗਈ ਮੈਨੂੰ ਲੱਗਿਆ ਸ਼ਾਇਦ ਜਾਮ ਲੱਗਿਆ ਹੋਇਆ ਕੋਈ ਮੋੜੇ ਕੋਈ ਸਮੱਸਿਆ ਆ ਗਈ ਹੋਊਗੀ ਉਹਦੇ ਕਰਕੇ ਲੋਕ ਜਿਹੜੇ ਨੇ ਉਹ ਖੜੇ ਉਡੀਕ ਰਹੇ ਨੇ ਪਰ ਜਦੋਂ ਮੈਂ ਅੱਗੇ ਗਈ ਮੈਂ ਕੀ ਵੇਖਿਆ ਇਹ ਗੱਲ 100% ਦੀ ਸੱਚੀ ਹੈ ਕਿ ਸੜਕ ਦੇ ਬਿਲਕੁਲ ਵਿੱਚਕਾਰ ਇੱਕ ਥਾਰ ਖੜੀ ਆ ਤੇ ਥਾਰ ਦੀ ਤਾਕੀ ਦੇ ਨਾਲ ਖੜਾ ਇੱਕ ਪੁਲਿਸ ਮੁਲਾਜ਼ਮ ਹੈ ਜਿਹੜਾ ਨਾਕੇ ਦੇ ਉੱਤੇ ਖੜਾ ਸੀ ਤੇ ਮੁੜ ਕੇ ਉਹ ਸਾਈਡ ਤੇ ਆ ਕੇ ਉਸ ਗੱਡੀ ਦੇ ਕੋਲ ਖੜਾ ਹੈ ਜਦੋਂ ਮੈਂ ਵੇਖਿਆ ਮੈਨੂੰ ਲੱਗਾ ਸ਼ਾਇਦ ਕਿਸੇ ਦਾ ਚਲਾਨ ਕੱਟ ਰਿਹਾ ਹੋਵੇਗਾ ਕੋਈ ਗਲਤੀ ਕੀਤੀ ਹੋਗੀ ਗੱਡੀ ਵਾਲੇ ਨੇ ਜਦੋਂ ਮੈਂ ਕੋਲ ਦੀ ਨੰਗੀ ਤੋਂ ਗੱਡੀ ਦੇ ਵਿੱਚ ਵੀ ਪੁਲਿਸ ਮੁਲਾਜ਼ਮ ਸੀ ਉਹ ਗੱਡੀ ਚਲਾ ਰਿਹਾ ਸੀ ਔਰ ਦੋਵੇਂ ਜਣੇ ਸੜਕ ਦੇ ਵਿੱਚ ਕਾਰ ਖੜੇ ਗੱਲਾਂ ਮਾਰ ਰਹੇ ਸੀ ਹੱਸ ਖੇਡ ਰਹੇ ਸੀ ਤੇ ਖੁਸ਼ੀ ਦੇ ਨਾਲ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਵੀ ਪਿੱਛੋਂ ਲੋਕ ਜਿਹੜੇ ਆ ਰਹੇ ਉਹ ਖੱਜਲ ਹੋ ਰਹੇ ਨੇ ਅਸੀਂ ਸੜਕ ਦੇ ਵਿੱਚ ਕਾਰ ਖੜੇ ਆ ਨਾ ਬਸ ਵਰਦੀ ਪਾਈ ਹੋਈ ਸੀ ਤੇ ਉਹਦਾ ਹੀ ਰੋਬ ਸੀ ਦੁੱਖ ਸਾਨੂੰ ਸੁਧਰਨ ਵਾਸਤੇ ਕਹਿਣਾ ਉਹਨਾਂ ਨੂੰ ਪਹਿਲਾਂ ਆਪਣੇ ਆਪ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਜੀ ਵੀ ਇਹ ਕੋ ਗੱਲ ਥੋੜੀ ਹੈ ਯਾਰ ਵੀ ਨਿਯਮ ਤਾਂ ਨਿਯਮ ਆ ਨਾ ਉਹ ਸਭ ਦੇ ਉੱਤੇ ਲਾਗੂ ਹੁੰਦੇ ਆ ਮੇਰੀ ਬੇਨਤੀ ਆਹਤ ਜੋੜ ਕੇ ਜਿਹੜੇ ਲੋਕ ਇਹ ਗੱਲ ਕਹਿੰਦੇ ਵੀ ਸਾਨੂੰ ਕਾਉਂਸਲਰ ਜਾਣ ਦਾ ਸਾਨੂੰ ਐਮਐਲਏ ਜਾਂਦਾ ਸਾਨੂੰ ਹੈਲਮਟ ਪਾਉਣ ਦੀ ਕੀ ਲੋੜ ਆ ਥੋੜੀ ਥਾਂ ਦੇ ਉੱਤੇ ਐਮਐਲਏ ਨੇ ਆਪਦੇ ਸਿਰ 'ਚ ਟੰਕੇ ਨਹੀਂ ਲਵਾਉਣੇ ਬਿਲਕੁਲ ਇਹ ਗੱਲ ਚੇਤੇ ਰੱਖਿਓ ਜੇ ਤੁਹਾਡਾ ਕੋਈ ਹਾਦਸਾ ਵਾਪਰ ਜਾਂਦਾ ਤੁਹਾਨੂੰ ਕਿਸੇ ਨੇ ਆ ਕੇ ਪੈਸੇ ਦੇਣੇ ਹਸਪਤਾਲ ਦੇ ਵਿੱਚ ਇਸ ਕਰਕੇ 5-700 ਦਾ ਹੈਲਮਟ ਲੈ ਲੋਗੇ ਨਾ ਤੇ ਕੋਈ ਫਰਕ ਨਹੀਂ ਪੈਂਦਾਗਾ ਜੀ ਕੋਈ ਟੌਰ ਸ਼ਕੀਨੀ ਦੇ ਵਿੱਚ ਫਰਕ ਨਹੀਂ ਪੈਂਦਾ ਅੱਗੇ ਕਿਹੜਾ ਆਪਾਂ ਫਿਲਮਾਂ 'ਚ ਆਉਨੇ ਆ ਬਿਲਕੁਲ ਬਹੁਤ ਸਾਰੀਆਂ ਪੁਲਿਸ ਮੈਕ ਵਿੱਚ ਬੀਬੀਆਂ ਜਿਹੜੀਆਂ ਨਵੀਆਂ ਭਰਤੀ ਹੋਈਆਂ ਨੇ ਮੈਂ ਸਾਰੀਆਂ ਨੂੰ ਇੱਕੋ ਰਸੇ ਨਹੀਂ ਬੰਨ ਰਹੀ ਬਹੁਤ ਸਾਰੀਆਂ ਨਿਯਮਾਂ ਦਾ ਪਾਲਣ ਵੀ ਕਰਦੀਆਂ ਨੇ ਹੁੰਦੀਆਂ ਨਿਯਮ ਤਾਂ ਫਿਰ ਹਰ ਇੱਕ ਦੇ ਉੱਪਰ ਲਾਗੂ ਹੋਣੇ ਚਾਹੀਦੇ ਆ ਆਮ ਖਾਸ ਵੇਖ ਕੇ ਨਹੀਂ ਬਿਲਕੁਲ ਸਹੀ ਲੋ ਜੀ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਨਾਲ ਨੇ ਹਰਮਨ ਸਿੰਘ ਜੀ ਜੀ ਤੇ ਹੁਣ ਅਗਲੀਆਂ ਖਬਰਾਂ ਵੱਲ ਵਧਦੇ ਆ ਜੀ ਅਗਲੀ ਗੱਲ ਬੜੀ ਮਹੱਤਵਪੂਰਨ ਹੈ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵੱਲੋਂ ਲੰਘੇ ਕੱਲ ਸੌ ਚੁੱਕ ਲਈ ਗਈ ਹੈ ਹਾਂਜੀ ਤੇ ਉਹਨਾਂ ਦੇ ਨਾਲ ਜੁੜਿਆ ਹੋਇਆ ਵਿਵਾਦ ਲਗਾਤਾਰ ਅੱਗੇ ਤੋਂ ਅੱਗੇ ਵਧ ਰਿਹਾ ਜੀ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦਾ ਮੁੱਦਾ ਬਹੁਤ ਵੱਡੇ ਪੱਧਰ ਤੇ ਭਖਿਆ ਹੋਇਆ ਉਸ ਤੋਂ ਬਾਅਦ ਉਹਨਾਂ ਦੇ ਨਾਨਾ ਜੀ ਅਰੂੜ ਸਿੰਘ ਦਾ ਮੁੱਦਾ ਬੜਾ ਭਖਿਆ ਹੋਇਆ ਪਰ ਸਿਮਰਨਜੀਤ ਮਾਨਹੋਰੀ ਕਹਿੰਦੇ ਵੀ ਮੇਰੇ ਨਾਨੀ ਦੀਆਂ ਮਜਬੂਰੀਆਂ ਸੀ ਤੇ ਨਹੀਂ ਤਾਂ ਦਰਬਾਰ ਸਾਹਿਬ ਦੇ ਉੱਤੇ ਬੰਬਾਰੀ ਹੋ ਸਕਦੀ ਸੀ ਜੇਕਰ ਉਹ ਉਸ ਵੇਲੇ ਜਨਰਲ ਡਾਇਰ ਦਾ ਗੁੱਸਾ ਠੰਡਾ ਨਾ ਕਰ ਦੇ ਤੇ ਉਹਨਾਂ ਨੂੰ ਸਰੋਪਾ ਨਾ ਪਾਉਂਦੇ ਉਹਨਾਂ ਨੇ ਇਸ ਗੱਲ ਨੂੰ ਇਦਾਂ ਠੱਲਣ ਦੀ ਕੋਸ਼ਿਸ਼ ਕੀਤੀ ਹੈ ਅੱਛਾ ਜੀ ਪਰ ਹੁਣ ਲਗਾਤਾਰ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਦਾ ਆ ਭਾਜਪਾ ਦੀ ਇੱਕ ਮਹਿਲਾ ਮੋਰਚੇ ਦੀ ਜਰਨਲਿਸਟ ਕਤਰਾ ਬੀਬੀ ਟੀਨਾ ਕਪੂਰ ਹੂੰ ਤੇ ਉਹਦੇ ਵੱਲੋਂ ਸੰਸਦ ਮਾਰਗ ਥਾਣੇ ਦਿੱਲੀ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਵੀ ਇਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤੇ 15 ਦਿਨ ਦਾ ਸਮਾਂ ਦਿੱਤਾ ਗਿਆ ਵੀ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇ ਨਹੀਂ ਤਾਂ ਮੈਂ ਅਦਾਲਤ ਦਾ ਦਰਵਾਜ਼ਾ ਖੜਕਾ ਦੇਣਾ ਹੂੰ ਮੈਨੂੰ ਨਹੀਂ ਪਤਾ ਵੀ ਅਦਾਲਤ ਨੇ ਕੀ ਕੰਮ ਕਰਨਾ ਮੈਨੂੰ ਨਹੀਂ ਪਤਾ ਥਾਣਿਆਂ ਦੇ ਵੱਲੋਂ ਕੀ ਕੰਮ ਕੀਤਾ ਜਾਊਗਾ ਪਰ ਮੁੱਦਾ ਤਾਂ ਵੱਡਾ ਜੀ ਉਸ ਤੋਂ ਅਗਲੀ ਗੱਲ ਇਹ ਆ ਦੇਖੋ ਸਿਮਰਨਜੀਤ ਸਿੰਘ ਮਾਨ ਨੇ ਜਿਹੜੀ ਗੱਲ ਕਹੀ ਉਹਦੇ ਉੱਤੇ ਇਤਰਾਜ਼ ਹੋਣਾ ਕੁਦਰਤੀ ਹੈ ਪਰ ਉਹ ਬਜ਼ੁਰਗ ਆ ਅਸੀਂ ਉਹਨਾਂ ਦਾ ਸਤਿਕਾਰ ਵੀ ਕਰਦੇ ਆਂ ਅਪ ਸ਼ਬਦਾਂ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਇਹਨਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਨੀ ਬਣਦੀ ਆ ਕਈ ਕਹਿੰਦੇ ਵੀ ਇਹਨਾਂ ਦੀ ਜਿਹੜੀ ਪੱਗ ਲਾਉਣ ਵਾਲੇ ਨੂੰ ਅਸੀਂ 5 ਲੱਖ ਰੁਪਏ ਦੇਵਾਂਗੇ ਇੱਕ ਬੰਦੇ ਨੇ ਇੱਥੇ ਕਹਤਾ ਉਹ ਪਤਾ ਨਹੀਂ ਉਹਨੂੰ ਕੋਈ ਚਾਰ ਬੰਦੇ ਜਾਣਦੇ ਵੀ ਕਿ ਨਹੀਂ ਜਾਣਦੇ ਉਹ ਕਹਿੰਦਾ ਜੀ ਕਿ ਜਿਹੜਾ ਇਹਦਾ ਮੂੰਹ ਕਾਲਾ ਕਰੋਗੇ ਅਸੀਂ 2 ਲੱਖ ਰੁਪਏ ਦੇਵਾਂਗੇ ਵੀ ਇਹ ਮੂਰਖਮਤੀ ਵਾਲੀਆਂ ਗੱਲਾਂ ਇਹ ਬਲਦੀ ਦੇ ਉੱਤੇ ਤੇਲ ਪਾਉਣ ਦੀ ਕੋਸ਼ਿਸ਼ ਨਾ ਕਰੋ ਜੋ ਮਾਨ ਸਾਹਿਬ ਨੇ ਕਿਹਾ ਉਹ ਭਵਿੱਖ ਦੇ ਵਿੱਚ ਨਾ ਕਹਿਣ ਤੇ ਉਹ ਹਲਕੇ ਦੇ ਵਿਕਾਸ ਵਾਸਤੇ ਵਚਨਬੱਧ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆਂ ਉਹ ਸੰਗਰੂਰ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਕੰਮ ਕਰ ਕਰਕੇ ਮੁੱਦੇ ਚੁੱਕ ਚੁੱਕੇ ਨਹੀਂ ਸੀ ਕੰਮ ਨਾ ਕਰਦੇ ਆ ਪਰ ਜੇਕਰ ਉਹਨਾਂ ਨੇ ਵਿਵਾਦਗ੍ਰਸਤ ਬਿਆਨ ਦਿੱਤਾ ਤੇ ਉਸ ਤੋਂ ਬਾਅਦ ਜਬੜਾਂ ਮਾਰੀ ਜਾਣੀਆਂ ਵੀ ਭਾਈ ਐਂ ਕਰਦੇ ਹੋਗੇ ਇਹਨੇ ਲੱਕਦੇ ਰਾਂਗੇ ਐਂ ਕਰਦੇ ਹੋਗੇ ਇਹਨੇ ਲੱਕਦੇ ਰਾਂਗੇ ਅੱਤ ਤਾਲੇਬਾਨੀ ਗੱਲਾਂ ਵੀ ਨਾ ਕਰੋ ਟਾਣਾ ਸਾਹਿਬ ਗੱਲ ਇਹ ਹੈ ਮੈਂ ਕਿਸੇ ਨੂੰ ਨੁਕਸਾਨ ਨਹੀਂ ਰਹੀ ਪਰ ਦੋ ਗੱਲਾਂ ਇਸ ਮਾਮਲੇ ਦੇ ਉੱਪਰ ਕਹਿਣਾ ਚਾਹੁੰਦੀ ਆ ਪਹਿਲੀ ਗੱਲ ਇਹ ਜਿਹੜੇ ਲੋਕ ਕਿਸੇ ਵੀ ਮੁੱਦੇ ਦੇ ਉੱਪਰ ਇਹ ਗੱਲ ਕਹਿੰਦੇ ਨੇ ਕਿ ਆਹ ਕੰਮ ਕਰਦੇ ਹੋ ਇੰਨੇ ਲੱਖ ਦਿਆਂਗੇ ਆਹ ਕੰਮ ਕਰਦੇ ਹੋ ਇੰਨੇ ਕਰੋੜ ਦਿਆਂਗੇ ਆਹ ਕੰਮ ਕਰਦੇ ਹੋ ਤਾਂ ਅਸੀਂ ਆਹ ਆਹ ਕੁਝ ਤੁਹਾਨੂੰ ਦਿਆਂਗੇ ਉਹ ਲੋਕ ਆਪ ਕਿਉਂ ਨਹੀਂ ਕਰਦੇ ਹੂੰ ਉਹ ਲੋਕ ਨਾਲੇ ਤਾਂ ਪੈਸਾ ਘਰੇ ਰਹਿ ਜੂਗਾ ਤੇ ਨਾਲੇ ਤੁਸੀਂ ਲੋਕਾਂ ਨੂੰ ਦਿਖਾ ਦੋਗੇ ਵੀ ਤੁਹਾਡੇ ਚ ਜੁਰਤ ਕਿੰਨੀ ਆ ਹੈਨਾ ਤੁਸੀਂ ਦੂਜਿਆਂ ਦੇ ਧੀਆਂ ਪੁੱਤਾਂ ਨੂੰ ਅੱਗੇ ਕਰਕੇ ਉਹਨਾਂ ਦੇ ਮੋਢਿਆਂ ਤੇ ਬੰਦੂਕ ਚਲਾਉਨੇ ਹੋ ਤੁਹਾਨੂੰ ਕਨੇ ਇਜਾਜ਼ਤ ਦਿੱਤੀ ਹੈ ਕਿਸੇ ਨੂੰ ਕਸਾਉਣ ਦੀ ਬਈ ਦੂਜੀ ਗੱਲ ਇਹ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਮੂੰਹ ਕਾਲਾ ਕਰ ਦਿਓ ਪੱਗ ਲਾਹ ਦਿਓ ਇਹ ਕਰ ਦਿਓ ਉਹ ਕਰ ਦਿਓ ਪੱਗ ਦਾ ਸਤਿਕਾਰ ਕਰਨਾ ਸਿੱਖੋ ਇਹ ਪੱਗ ਕਿਸੇ ਇੱਕ ਦੀ ਨਹੀਂ ਹੈ ਇਹ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀ ਹੋਈ ਹੈ ਤੇ ਸਾਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ ਤੀਜੀ ਚੀਜ਼ ਕੀ ਜੇਕਰ ਇਦਾਂ ਕੋਈ ਕਰ ਦਿੰਦਾ ਹੈ ਖੁਦਾ ਨਾ ਖਾਸਾ ਜੇਕਰ ਕੋਈ ਇਦਾਂ ਦਾ ਕੋਈ ਹਰਕਤ ਮਾੜੀ ਕਰ ਦਿੰਦਾ ਹੈ ਉਹਦੇ ਨਾਲ ਕੀ ਜੋ ਜੋ ਗੱਲਾਂ ਉਹਨਾਂ ਨੇ ਕਹੀਆਂ ਉਹ ਹੱਲ ਹੋ ਜਾਣਗੀਆਂ ਉਹਦੇ ਨਾਲ ਕੀ ਉਹ ਮਸਲਾ ਸਾਰੇ ਦਾ ਸਾਰਾ ਖਤਮ ਹੋ ਜਾਊਗਾ ਇਹੋ ਜਿਹੀਆਂ ਮਾੜੀਆਂ ਗੱਲਾਂ ਕਿਸੇ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ ਬੋਲਣ ਤੋਂ ਪਹਿਲਾਂ ਹਰ ਇੱਕ ਨੂੰ ਸੋਚਣਾ ਚਾਹੀਦਾ ਚਾਹੇ ਉਹ ਕੋਈ ਵੀ ਹੋਵੇ ਸੋ ਇਸ ਲਈ ਇਸ ਸਮਾਜ ਦੇ ਵਿੱਚ ਹੋਰ ਜ਼ਹਿਰ ਨਾ ਫੈਲਾਓ ਥੋੜੀ ਜਿਹੀ ਭਾਈਚਾਰਕ ਸਾਂਝ ਦੀ ਗੱਲ ਕਰਿਆ ਅਸੀਂ ਸਾਰੇ ਹੀ ਸ਼ਹੀਦਾਂ ਦਾ ਸਤਿਕਾਰ ਕਰਦੇ ਆ ਜੀ ਉਹਨਾਂ ਸ਼ਹੀਦਾਂ ਦੇ ਕਰਕੇ ਇਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਣੇ ਆ ਜੀ ਇਹ ਵੱਖਰੀ ਗੱਲ ਆ ਵੀ ਅਸੀਂ ਆਜ਼ਾਦੀ ਦੀ ਪਰਿਭਾਸ਼ਾ ਹੁਣ ਵੱਖਰੀ ਮੰਨਦੇ ਆ ਕਿਉਂਕਿ ਸਾਨੂੰ ਆਪਣੀ ਚਮੜੀ ਵਾਲੇ ਲੋਕਾਂ ਨੇ ਜਿੰਨਾ ਲੁੱਟਿਆ ਤੇ ਕੁੱਟਿਆ ਇਹ ਇੱਕ ਵੱਖਰਾ ਪ੍ਰਸੰਗ ਆ ਬਿਲਕੁਲ ਪਰ ਇਹਨਾਂ ਨੂੰ ਚੁਣਦੇ ਵੀ ਬਾਰ-ਬਾਰ ਆਪਾਂ ਹੀ ਆ ਇਹਨਾਂ ਨੂੰ ਕਿਉਂ ਚੁਣਦੇ ਫਿਰ ਵਾਰ-ਵਾਰ ਆਪਾਂ ਪਰ ਜਿਨ੍ਹਾਂ ਨੂੰ ਚੁਣਿਆ ਉਹ ਤੋਲ ਕੇ ਬੋਲਣ ਇਹਦੀ ਬੇਨਤੀ ਵੀ ਹੈਗੀ ਸੋ ਸੰਗਰੂਰ ਦੇ ਲੋਕਾਂ ਨੇ ਮਸਲੇ ਵੀ ਬਹੁਤ ਵੱਡੇ ਆ ਤੇ ਪੂਰੇ ਪੰਜਾਬ ਦੇ ਮਸਲੇ ਵੀ ਬਹੁਤ ਵੱਡੇ ਆ ਹਰ ਨੇਤਾ ਨੂੰ ਭਾਵੇਂ ਉਹ ਵਿਧਾਨ ਸਭਾ ਦਾ ਮੈਂਬਰ ਆ ਭਾਵੇਂ ਲੋਕ ਸਭਾ ਦਾ ਤੇ ਭਾਵੇਂ ਰਾਜ ਸਭਾ ਦਾ ਇਹੋ ਜੇ ਮੁੱਦੇ ਤੇ ਇਹੋ ਜੇ ਮਸਲੇ ਹੱਲ ਕਰਨੇ ਚਾਹੀਦੇ ਆ ਵੀ ਲੋਕ ਇਹ ਗੱਲ ਕਹਿਣ ਵੀ ਯਾਰ ਖੁਰਾਂ ਨੂੰ ਹੁਣ ਤੱਕ ਜਿਤਾਜਿਤਾ ਕੇ ਅਸੀਂ ਨਾ ਬਸ ਐਵੇਂ ਹੀ ਵਕਤ ਜ਼ਾਇਆ ਕਰਦੇ ਰਹੇ ਆ ਇਹਨਾਂ ਨੂੰ ਜਿਤਾਇਆ ਤੇ ਹੁਣ ਗੱਲ ਬਣੀ ਆ ਜੀ ਨਾਲੇ ਵੈਸੇ ਵੀ ਲੋਕਾਂ ਨੇ ਵੋਟਾਂ ਤੁਹਾਨੂੰ ਹਲਕੇ ਦੇ ਵਿਕਾਸ ਦੇ ਲਈ ਪਾਈਆਂ ਨੇ ਆਪਣੇ ਮੁੱਦੇ ਜਿਹੜੇ ਨੇ ਉਹ ਹੱਲ ਕਰਵਾਉਣ ਲਈ ਪਾਈਆਂ ਨੇ ਇਤਿਹਾਸ ਦੇ ਨਾਲ ਛੇੜਛਾੜ ਕਰਨ ਲਈ ਨਹੀਂ ਪਾਈਆਂ ਚਾਹੇ ਉਹ ਕੋਈ ਵੀ ਹੋਵੇ ਇਸ ਲਈ ਜੋ ਮੌਜੂਦਾ ਸਥਿਤੀ ਹੈ ਉਹਨੂੰ ਮੱਦੇਨਜ਼ਰ ਰੱਖ ਕੇ ਜਿਹੜੇ ਜਿਹੜੇ ਮੁੱਦੇ ਪਹਿਲ ਦੀ ਆਧਾਰ ਦੇ ਉੱਪਰ ਹੱਲ ਹੋਣੇ ਚਾਹੀਦੇ ਨੇ ਆਪਾਂ ਨੂੰ ਉਹਦੇ ਵੱਲ ਖਿਆਲ ਕਰਨਾ ਚਾਹੀਦਾ ਇਹ ਨਹੀਂ ਕਿ ਜੋ ਕਿਸੇ ਦੇ ਮਨ ਦੇ ਵਿੱਚ ਆਉਂਦਾ ਉਹੀ ਆਪਾਂ ਕਹਿ ਦਈਏ ਇਹਦੇ ਨਾਲ ਕੋਈ ਮੁੱਦਾ ਹੱਲ ਨਹੀਂ ਹੋਊਗਾ ਤੇ ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਨਾ ਦੇਖੋ ਸਭ ਦੇ ਆਪੋ ਜਿਹੜੇ ਹੈਗੇ ਨੇ ਬਿਕਰਮਜੀਤ ਸਿੰਘ ਸਾਨੀ ਹਾਂਜੀ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਬਣੇ ਆ ਉਹਨਾਂ ਨੇ ਇਹ ਗੱਲ ਕਹੀ ਆ ਸੌ ਚੁੱਕਣ ਦੇ ਮੌਕੇ ਕਿ ਮੇਰੀ ਜਿੰਨੀ ਵੀ ਤਨਖਾਹ ਹੋਊਗੀ ਹਮ ਹਰ ਮੀ ਨੜੀ ਤਨਖਾਹ ਜਿਹੜੀ ਉਹ ਮੈਂ ਗਰੀਬ ਲੋਕਾਂ ਨੂੰ ਦਾਨ ਕਰਿਆ ਕਰਨੀ ਮੈਂ ਉਹਦੇ ਵਿੱਚੋਂ 1 ਰੁਪਈਆ ਨਹੀਂ ਰੱਖਣਾ ਜੀ ਬੜੀ ਚੰਗੀ ਗੱਲ ਆ ਕੋਈ ਇਹ ਵੀ ਕਹਿ ਸਕਦਾ ਲੈ ਰੁਪਈਏ ਹੈਗੇ ਆ ਤੇ ਫਿਰ ਇਹਨੂੰ ਕੀ ਫਰਕ ਪੈਂਦਾ ਰੁਪਈਏ ਤੁਹਾਡੇ ਆਂਡ ਗਵਾਂਡ ਦੇ ਵਿੱਚ ਵੀ ਬੜਿਆਂ ਕੋਲੇ ਹੋ ਸਕਦੇ ਆ ਰੁਪਈਏ ਤੁਹਾਡੇ ਕੋਲੇ ਵੀ ਬੜੇ ਹੋ ਸਕਦੇ ਆ ਪਰ ਆਪਾਂ ਕਿਸੇ ਨੂੰ ਕਿੰਨੇ ਕ ਦਾਨ ਕਰਦੇ ਆ ਗੱਲ ਨਹੀਂ ਕੀਤੀ ਵੀ ਜੇਰਾ ਵੀ ਹੋਣਾ ਚਾਹੀਦਾ ਤੇ ਸਮਰੱਥਾ ਵੀ ਹੋਣੀ ਚਾਹੀਦੀ ਆ ਦੋਵੇਂ ਗੱਲਾਂ ਬਰਾਬਰ ਹੋਣੀਆਂ ਚਾਹੀਦੀਆਂ ਸੋ ਜਿਹੜੇ ਵੀ ਲੋਕ ਦੁਖਿਆਰਿਆਂ ਦੀ ਮਦਦ ਕਰਦੇ ਆ ਧੰਨਵਾਦ ਆ ਬਿਲਕੁਲ ਆ ਵੀ ਹਾਜ਼ਰ ਹੈ ਚੰਚ ਦਾ ਵੀ ਚਾਹ ਤੜਾ ਸਾਹਿਬ ਹੁਣ ਆਪਾਂ ਗੱਲ ਕਰ ਲਈਏ ਦਲੇਰਮਨ ਦੀ ਸਾਹਿਬ ਦੀ ਬਿਲਕੁਲ ਜੀ ਕਹਿੰਦੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਦੇਖੋ ਅਧਿਕਾਰ ਜੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਜੇ ਉੱਥੋਂ ਝੋਲੀ 'ਚ ਖੈਰ ਨਹੀਂ ਪਈ ਤਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਇਹ ਤਾਂ ਬੰਦੇ ਦੇ ਅਧਿਕਾਰ 'ਚ ਸ਼ਾਮਲ ਗੱਲ ਆ ਪਰ ਪਟਿਆਲੇ ਵਾਲੀ ਜੇਲ੍ਹ ਦਾ ਬਲ ਨਿਗਾਸਬ ਦੀ ਟਿਕੀ ਹੋਈ ਆ ਜਿਹੜੀ ਵੀ ਵੱਡੀ ਹਸਤੀ ਨੂੰ ਕੋਈ ਸਜ਼ਾ ਹੁੰਦੀ ਆ ਉਹ ਨਾਲ ਦੀ ਨਾਲ ਪਟਿਆਲੇ ਵਾਲੀ ਜੇਲ੍ਹ ਚ ਜੀ ਇੱਥੇ ਦੇਖੋ ਸੁਖਪਾਲ ਸਿੰਘ ਖਹਿਰਾ ਲੰਮਾ ਸਮਾਰਿਆ ਨਵਜੋਤ ਸਿੰਘ ਸਿੱਧੂ ਇੱਥੋਂ ਦੀ ਇੱਕ ਬੈਰਕ ਚ ਬੰਦਾ ਵਿਕਰਮ ਸਿੰਘ ਮਜੀਠੀਆ ਇੱਥੇ ਬੰਦਾ ਸੋ ਹੁਣ ਉੱਥੇ ਦਲੇਰ ਮਹਿੰਦੀ ਹੋਰੀ ਵੀ ਪਹੁੰਚ ਗਈ ਉਹ ਕਹਿੰਦੇ ਸਿੱਧੂ ਸਾਹਿਬ ਦੇ ਨਾਲ ਹੀ ਸੀ ਇੱਕੋ ਬੈਰਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਦਲੇਰ ਮਹਿੰਦੀ ਦੋਵੇਂ ਜਾਨੇ ਬੰਦਾ ਜੀ ਨਵਜੋਤ ਸਿੰਘ ਸਿੱਧੂ ਕਲਰਕ ਆ ਤੇ ਮੁਨਸ਼ੀ ਦਾ ਕੰਮ ਕਰਦੇ ਦਲੇਰ ਮਹਿੰਦੀ ਹੋਰੀ ਜੀ ਤੇ ਉੱਥੇ ਹੁਣ ਕਹਿੰਦੇ ਵੀ ਨਾ ਦ ਦੁੱਖ ਹੋਣਾ ਕੁਦਰਤੀ ਵੀ ਆ ਹਾਂ ਕਹਿ ਰਹੇ ਮੈਂ ਦੀ ਹੋਣਾ ਨਾ ਦਿਲ ਟੁੱਟਿਆ ਸੀਗਾ ਉਹ ਥੋੜਾ ਜਿਹਾ ਮਹਿਸੂਸੇ ਜੇ ਪਏ ਸੀ ਤੇ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਇਹ ਗੱਲ ਕਹੀ ਆ ਵੀ ਮੇਰੇ ਲਈ ਤਾਂ ਬੜੇ ਲੱਕੀ ਆ ਤੁਸੀਂ ਹਾਂਜੀ ਬਿਲਕੁਲ ਮੇਰੀ ਚੰਗੀ ਕਿਸਮਤ ਵਾਲੇ ਤੁਸੀਂ ਕਿਵੇਂ ਕਹਿੰਦੇ ਵੀ ਦੇਖੋ ਪਹਿਲਾਂ ਮੈਨੂੰ ਪੁੰਜੇ ਸੌਣਾ ਪੈਂਦਾ ਸੀ ਜਿਸ ਦਿਨ ਤੁਸੀਂ ਆਏ ਆ ਨਾਲ ਦੀ ਨਾਲ ਮੈਨੂੰ ਸੋਫੇ ਦਾ ਪ੍ਰਬੰਧ ਹੋ ਗਿਆ ਅੱਛਾ ਬெட் ਦਾ ਪ੍ਰਬੰਧ ਕਰਤਾ ਕਹਿੰਦੇ ਵੀ ਤਖਤ ਪੋਛ ਦੇ ਉੱਤੇ ਪਿਆ ਕਰੇਗਾ ਸਿੱਧੂ ਸਾਹਿਬ ਦਾ ਭਾਰ ਵੱਧ ਹੋਣ ਕਰਕੇ ਉਹਨਾਂ ਨੂੰ ਬੈਠਣ ਉੱਠਣ ਦੇ ਵਿੱਚ ਸਮੱਸਿਆ ਹੁੰਦੀ ਆ। ਉਹ ਜਿਹੜੀ ਟਾਇਲਟ ਸੀਟ ਆ ਜੰਗਲ ਪਾਣੀ ਵਾਲੀ ਉਹ ਵੀ ਉੱਚੀ ਕਰਕੇ ਹੁਣ ਲਾਈ ਜਾ ਰਹੀ ਆ। ਭੁੰਜੇ ਸੌਣ ਦੀ ਥਾਂ ਦੇ ਉੱਤੇ ਉਹਨਾਂ ਨੂੰ ਤਖਤ ਪੋਛ ਦੇ ਉੱਤੇ ਹੁਣ ਸੌਣ ਦਾ ਮੌਕਾ ਮਿਲੂਗਾ। ਸੋ ਦੋਵੇਂ ਜਣੇ ਬੈਠ ਕੇ ਉੱਥੇ ਦਿਲ ਦੀਆਂ ਗੱਲਾਂ ਕਰਦੇ ਆ। ਪੁਰਾਣੇ ਆੜੀ ਹੈਗੇ ਆ। ਦਲੇਰਮਣ ਦੀ ਆਪਣੀ ਕਿਸੇ ਦੱਸਦੇ ਆ। ਸਿੱਧੂ ਸਾਹਿਬ ਆਪਣੇ ਦੱਸਦੇ ਆ। ਬਸ। ਨਹੀਂ ਨਹੀਂ ਪਰ ਇਹ ਤਾਂ ਕੰਮ ਪੁੱਠਾ ਹੋ ਗਿਆ ਟਹਿਣਾ ਸਾਹਿਬ। ਉਹ ਕਹਿੰਦੇ ਤੂੰ ਮੇਰੀ ਲੱਕੀ ਬਹੁਤ ਆ ਤੇਰੇ ਕਰਕੇ ਆ ਹੋਇਆ ਉਹ ਹੋਇਆ ਆ ਹੋਇਆ ਤੇ ਉਧਰ ਦਲੇਰਮਣ ਦੀ ਸਾਹਿਬ ਤਾਂ ਕਹਿੰਦੇ ਵੀ ਹਾਈ ਕੋਰਟ ਜਿਹ ਨਹੀਂ ਤਾਂ ਚੰਗੀ ਗੱਲ ਆ ਦੇਖੋ ਮੰਗ ਕਰਨੀ ਤਾਂ ਮਾੜੀ ਗੱਲ ਨਹੀਂ ਮੰਗ ਕਰਨੀ ਮਾੜੀ ਗੱਲ ਨਹੀਂ ਐ ਪਰ ਹੁਣ ਜੇ ਅਗਲਾ ਬੰਦਾ ਲੱਕੀ ਚਾਮ ਮੰਨੀ ਬੈਠਾ ਤੇ ਉਹ ਕਈ ਵਾਰ ਤੁਹਾਨੂੰ ਪਤਾ ਨਾ ਸਿੱਧੂ ਸਭ ਲੱਕੀ ਮੰਨਦੇ ਆ ਤੇ ਉਹ ਕਹਿੰਦੇ ਵੀ ਮੇਰੀ ਸਦਾ ਚ ਵਾਦਾ ਕੀਤਾ ਜਾਵੇ ਨਹੀਂ ਨਹੀਂ ਕਈ ਵਾਰ ਬੰਦੇ ਦੀ ਨੀਤ ਲੱਗ ਜਾਂਦੀ ਹੁੰਦੀ ਆ ਵੀ ਯਾਰ ਇਹ ਬੰਦਾ ਮੇਰੇ ਲਈ ਚੰਗਾ ਹੈ ਜਾਵੇ ਨਾ ਠੀਕ ਆ ਠੀਕ ਹੈ ਨਾ ਇੰਦਾ ਦੱਸੋ ਹਾਂ ਹਾਂ ਤੇ ਇਹ ਤਾਂ ਮਤਲਬ ਥੋੜਾ ਜਨਾ ਨੂੰ ਸਹੀ ਸਹੀ ਬੋਲਣਾ ਚਾਹੀਦਾ ਵੀ ਐ ਨਾ ਹੋਏ ਵੀ ਅਗਲਾ ਬੰਦਾ ਉੱਥੇ ਰਹਿ ਜਵੇ ਨਹੀਂ ਨਹੀਂ ਪਰ ਅਗਲੀ ਗੱਲ ਇਹ ਆ ਵੀ ਲੰਘੇ ਕੱਲ ਹੰਸ ਰਾਜ ਹੰਸ ਜੀ ਤੇ ਕੁਝ ਕਿ ਬੀਜੇਪੀ ਦੇ ਹੋਰ ਆਗੂ ਆ ਜੜੇ ਉਹ ਜਾ ਕੇ ਦਲੇਰ ਮਹਿੰਦੀ ਨੂੰ ਮਿਲ ਕੇ ਆਏ ਅੱਛਾ ਜੀ ਤੇ ਉਹਨਾਂ ਨੇ ਉੱਥੇ ਗੱਲਬਾਤ ਕੀਤੀ ਆ ਲਗਭਗ ਘੰਟਾ ਪੌਣਾ ਘੰਟਾ ਹਲਚਲ ਪੁੱਛ ਕੇ ਆਏ ਆ ਸੋ ਦੇਖੋ ਚੰਗੀ ਗੱਲ ਆ ਪਰ ਇਹ ਵੀ ਮਾਮਲਾ ਬਹੁਤ ਪੁਰਾਣਾ ਵੀ ਆ ਜੀ ਤੇ ਬਹੁਤ ਵੱਡਾ ਵੀ ਆ ਇਹ ਕਬੂਤਰਬਾਜ਼ੀ ਦਾ ਮਾਮਲਾ ਜਿਹਦੇ ਕਰਕੇ ਦਲੇਰ ਮਹਿੰਦੀ ਹੋਰੀ ਅੰਦਰ ਆ ਜੀ ਤੇ ਰੋਡ ਰੇਜ ਦੇ ਕਰਕੇ ਨਵਜੋਤ ਸਿੰਘ ਸਿੱਧੂ ਅੰਦਰ ਹੈ ਤੇ ਡਰੱਗ ਦਾ ਮਾਮਲਾ ਜਿਹਦੇ ਕਰਕੇ ਵਿਕਰਮ ਸਿੰਘ ਮਜੀਠੀਆ ਹੋਰੀ ਅੰਦਰ ਹੈ ਤੇ ਉਧਰ ਇੱਕ ਹੋਰ ਗੱਲ ਦੱਸਦਾ ਸੰਗਤ ਸਿੰਘ ਗਿਲਜੀਆ ਨੂੰ ਮੌਕਾ ਮਿਲ ਗਿਆ ਭਾਈ ਆਪਦੀ ਗੱਲ ਰੱਖਣ ਦਾ ਮੈਂ ਇਹੀ ਕਹਿਣ ਲੱਗਾ ਰਾਹਤ ਮਿਲ ਗਈ ਰਾਹਤ 25 ਜੁਲਾਈ ਤੱਕ ਮਾਨਯੋਗ ਅਦਾਲਤ ਨੇ ਕਿਹਾ ਵੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਤੇ ਸਟੇਟਸ ਰਿਪੋਰਟ ਮੰਗੀ ਆ ਤੇ ਹੁਣ ਕਈ ਗਿਲਜੀਆ ਸਾਬ ਵੱਲ ਵੇਖੀ ਜਾਂਦੇ ਆ ਕਹਿੰਦੇ ਜਦੋਂ ਅਸੀਂ ਕਹਿਆ ਸੀ ਸਾਰੋਂ ਤਾਂ ਕੋਈ ਰਾਹਤ ਨਹੀਂ ਮਿਲੀ ਤੇ ਹੁਣ ਇਹਨਾਂ ਨੂੰ ਮਿਲ ਗਈ ਆ ਕੀ ਗੱਲ ਹੋਈ ਭਲਾ ਦੇਖੋ ਪਰ ਗੱਲ ਭਈ ਇਹ ਆ ਸੋਹਾ ਅਥ ਰਸਾ ਸਰੇ ਤੇ ਗੰਢ ਵੀ ਪੰਜਾਬ ਦੇ ਵਿੱਚ ਜਿਨ੍ਹਾਂ ਜਾਂ ਦੇਸ਼ ਦੇ ਵਿੱਚ ਜਿਨ੍ਹਾਂ ਨੇ ਵੀ ਲੁੱਟਖਸਟ ਕੀਤੀ ਹੈ ਉਹ ਬਖਸ਼ੇ ਨਾ ਜਾਣ ਤੇ ਜਿਨ੍ਹਾਂ ਨਾਲ ਤੁਹਾਡੀ ਨਹੀਂ ਬਣਦੀ ਤੇ ਕੰਮ ਉਹਨਾਂ ਨੇ ਚੰਗੇ ਕੀਤੇ ਤੇ ਉਹ ਐਵੇਂ ਫੜੇ ਨਾ ਜਾਣ। ਹੂੰ। ਇਹ ਪਾਰਦਰਸ਼ਤਾ ਵੀ ਚਾਹੀਦੀ ਹੈ ਨਿਆ ਪ੍ਰਣਾਲੀ ਦੇ ਉੱਤੇ ਸਾਨੂੰ ਭਰੋਸਾ ਪਰ ਜੋ ਸਰਕਾਰਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਵੀ ਭਰੋਸੇਯੋਗਤਾ ਬਰਕਰਾਰ ਰੱਖਣੀ ਚਾਹੀਦੀ। ਸੱਚ ਸਾਹਮਣੇ ਆਉਣਾ ਚਾਹੀਦਾ ਲੋਕਾਂ ਦੇ ਵੀ ਕਹਿੰਦੇ ਕੀ ਕੀਤਾ ਤੇ ਕਹਿੰਦੇ ਕੀ ਨਹੀਂ ਕੀਤਾ। ਐਵੇਂ ਨਾਜਾਇਜ਼ ਕਿਸੇ ਨਾਲ ੱਟਕਾ ਨਹੀਂ ਹੋਣਾ ਚਾਹੀਦਾ ਤੇ ਜਿਹੜਾ ਕੋਈ ਬੰਦਾ ਵਾਕਈ ਦੋਸ਼ੀ ਹੈ ਜਿਨੇ ਲੋਕਾਂ ਦੇ ਹੱਕ ਮਾਰੇ ਨੇ ਜਿਨੇ ਜਿਨੇ ਲੋਕਾਂ ਦੇ ਨਾਲ ਧਰੋਹ ਕਮਾਇਆ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੀਆਂ ਅਗਲੀਆਂ ਪੀੜ੍hiyan ਨੇ ਜਾਂ ਕਹਿ ਲਓ ਜਿਹੜੇ ਲੋਕ ਹੋ ਜਾਣ ਕਿ ਜੇ ਮਾੜਾ ਕਰੋਗੇ ਤਾਂ ਆ ਹਸ਼ਰ ਹੁੰਦਾ ਭਾਈ ਤੇ ਹੋਰ ਗੱਲ ਦੱਸਾਂ ਕੀ ਜੀ ਗੁਰਮੀਤ ਰਾਮ ਰਹੀਮ ਹੋਰੀ ਯੂਪੀ ਦੇ ਬਗਪਤ ਆਸ਼ਰਮ ਦੇ ਵਿੱਚੋਂ ਕੱਲ ਫਿਰ ਵਾਪਸ ਚਲੇ ਗਏ ਜੇਲ੍ਹ ਚ ਪੈਰੋਲ ਖਤਮ ਹੋ ਗਏ ਬੜਾ ਵੱਡਾ ਕਾਫਲਾ ਸੀ ਗੱਡੀਆਂ ਲੈ ਕੇ ਗਏ ਉਹਨਾਂ ਨੂੰ ਸੁਨਾਰੀਆ ਜੇਲ੍ਹ ਦੇ ਵਿੱਚ ਚਲੇ ਗਏ ਆ ਇਹ ਪਹਿਲੀ ਵਾਰ ਆ ਉਹਨਾਂ ਨੇ ਦਿਲ ਦੀਆਂ ਗੱਲਾਂ ਬਹੁਤ ਕੀਤੀਆਂ ਸੋਸ਼ਲ ਮੀਡੀਆ ਤੇ ਅੱਛਾ ਉਹਨਾਂ ਨੇ ਉੱਥੇ ਭਗਤਾਂ ਨੂੰ ਵੀ ਸੰਬੋਧਨ ਕੀਤਾ ਇੱਕ ਗਾਣਾ ਵੀ ਰਿਲੀਜ਼ ਕਰਤਾ ਹਾਂਜੀ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਜੀ ਕਿ ਮੈਂ ਸਲਿਮ ਹੋ ਟਰੀ ਕਿਵੇਂ ਮੈਂ ਪਤਲਾ ਕਿਵੇਂ ਹੋ ਗਿਆ ਡਾਈਟ ਕਿਹੜੀ ਕਿਹੜੀ ਖੀਰਾ ਖੂਰਾ ਮਤੀਰਾ ਮਤੂਰਾ ਕਿਵੇਂ ਖਾ ਗਿਆ ਉਹਨਾਂ ਨੇ ਤਾਂ ਹੋਰ ਗੱਲ ਵੀ ਕਹੀ ਉਹ ਕਹਿੰਦੇ ਮੈਂ ਪਤਲਾ ਕਿ ਹੋ ਗਿਆ ਲੋਕ ਮੈਨੂੰ ਨਕਲੀ ਕਹਿਣ ਲੱਗ ਗਏ ਹੂੰ ਲੋਕ ਮੈਨੂੰ ਪਛਾਣਦੇ ਹੀ ਨਹੀਂ ਹੁਣ ਐਤਵਾਰ ਨੂੰ ਇੰਸਟਾਗ੍ਰam ਦੇ ਉੱਤੇ ਡੂੜ ਪੌੜੇ 2 ਘੰਟੇ ਲਾਈਵ ਹੋਏ ਉਹ ਨਾਲ ਹਨੀਪ੍ਰੀਤ ਸੀ ਉਹ ਕਹਿੰਦੇ ਵੀ ਇਹ ਮੇਰੀ ਮੂੰ ਬੋਲੀ ਧੀ ਹੈ ਬੇਟੀ ਹੈ ਹ ਇਹ ਮੇਰੇ ਆਪਣੇ ਪਰਿਵਾਰ ਵਿੱਚੋਂ ਹੈ। ਸੋ ਇਦਾਂ ਦੀਆਂ ਗੱਲਾਂ ਬਾਤਾਂ ਕੀਤਾ ਕਿ ਤਾ 5 ਸਾਲਾਂ ਬਾਅਦ ਇੱਕੋ ਫਰੇਮ ਦੇ ਵਿੱਚ ਇੱਕੋ ਸਕਰੀਨ ਤੇ ਇੱਕੋ ਪਰਦੇ ਤੇ ਆਏ ਆ। ਅੱਛਾ। ਉਹਨਾਂ ਨੇ ਸਵਾਲ ਪੜ ਪੜ ਕੇ ਸੁਣਾਇਆ ਹਨਪ੍ਰੀਤ ਨੇ ਤੇ ਇਧਰ ਗੁਰਮੀਤ ਰਾਮ ਨੇ ਜਵਾਬ ਦਿੱਤੇ ਆ। ਹਮਾਰਾ ਪਰਿਵਾਰ ਹੈ ਕਹਿੰਦੇ। ਸਾਰੇ ਹਮ ਇਕੱਠੇ ਹੈ। ਮੋਰ ਦਾ ਖੰਭ ਹੱਥ ਦੇ ਵਿੱਚ ਸੀ ਉਹ ਐਂ ਖਲਾਉਂਦੇ ਸੀ ਉਹਨੂੰ। ਅੱਛਾ। ਹਾਂਜੀ। ਚਲੋ ਠੀਕ ਹੈ ਵਧੀਆ ਗੱਲ। ਉਹ ਆ ਵੀ ਹਾਜ਼ਰ ਹੈ। ਜੰਝੀ ਦਾ ਵੀ ਚਾ। ਹਰਮਨਜੀ ਪੁੱਤ ਵਡਾਉਣ ਜ਼ਮੀਨਾਂ ਤੇ ਧੀਆਂ ਦੁੱਖ ਵਡਾਉਂਦੀਆਂ ਨੇ। ਬਿਲਕੁਲ। ਬੜਾ ਵਧੀਆ ਗਾਣਾ ਸੀ ਹਮ ਇੱਕ ਨਵੇਂ ਪੁੱਤ ਦੀ ਗੱਲ ਆ ਗਈ ਸਾਹਮਣੇ ਹਮ ਉਹਨੇ ਆਪਦੇ ਪਾਪੇ ਦੀ ਮੌਤ ਤੋਂ ਬਾਅਦ ਵੀ ਪੈਨਸ਼ਨ ਲੈਣੀ ਜਾਰੀ ਰੱਖੀ ਇੱਕ ਮਿੰਟ ਹੈ ਨਾ ਸਾਬ ਖਬਰ ਵਾਲ ਬਾਅਦ ਚ ਜਾਣਦੇ ਆ ਇਸ ਗਾਣੇ ਦਾ ਖਬਰ ਦੇ ਨਾਲ ਕੀ ਸਬੰਧ ਸੀ 3 ਪੁੱਤਾਂ ਦੀ ਗੱਲ ਸੀ ਨਾ ਵਿੱਚ 3 ਪੁੱਤਾਂ ਦੀ ਗੱਲ ਸੀ ਨਾ ਪੁੱਤ ਸਾਰੇ ਚੰਗੇ ਹੁਣ ਇਹ ਗਲਤ ਗੱਲ ਆ ਇਹ ਸੋਚ ਗਿਆ ਆਪਾਂ ਵੀ ਸਾਰੇ ਇਹਦੇ ਸਾਰੇ ਚੰਗੇ ਆ ਹਮ ਤੇ 3 ਨੂੰ ਆਪਾਂ ਕਹਿ ਦਿੰਨੇ ਵੀ ਭਾਈ ਗਲਤ ਆ ਤੇ ਇਹ ਵੀ ਗਲਤ ਗੱਲ ਆ ਹਮ ਇਹ ਭਾਈ 3 ਪੁੱਤਾਂ ਦੀ ਗੱਲ ਇੱਕ ਸਮਾਨ ਹੋਣੀ ਚਾਹੀਦੀ ਆ ਪੁੱਤ ਬਣਾਉਣ ਜ਼ਮੀਨਾ 3 ਦੁੱਖ ਬਣਾਉਂਦੀਆਂ ਨੇ ਬਿਲਕੁਲ ਸਹੀ ਟੜਾ ਜੀ ਤੁਸੀਂ ਕਈ ਵਾਰੀ ਨਾ ਕਮਾਲ ਕਰ ਜਾਂਦੇ ਜਿਹੜਾ ਲਾਫਸ ਸੂਤ ਬੈਠ ਜਾ ਉਹਦੇ ਤੇ ਗਾਣਾ ਸੁਣਾ ਦਿੰਦੇ ਮਾੜੀ ਗੱਲ ਤੁਸੀਂ ਵੱਖਰੀ ਅੰਦਖਰੀ ਚਲਾਈ ਹੁੰਦੀ ਪ੍ਰੋਗਰਾਮ ਮੈਂ ਇੱਕ ਗੱਲ ਦੱਸੋ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੁੱਛਦਾ ਵੀ ਭਾਈ ਮੈਂ ਗਲਤ ਗੱਲ ਕੀਤੀ ਆ ਜੇ ਮੈਂ ਗਾਣਾ ਗਲਤ ਸੁਣਾਇਆ ਗੰਦਾ ਗਾਣਾ ਸੀ ਕੋਈ ਨਹੀਂ ਬਹੁਤ ਅੱਛਾ ਗਾਣਾ ਸੀ ਗਾਣਾ ਪ੍ਰਵਾਰਚਨ ਉਹਨਾਂ ਵਾਲਾ ਨਹੀਂ ਸੀਗਾ ਬਹੁਤ ਅੱਛਾ ਗਾਣਾ ਸੀ ਮੈਂ ਕਹਿ ਰਹੀ ਆ ਵਾਰ-ਵਾਰ ਮੈਂ ਕੋਈ ਹਰਕਤ ਮਾੜੀ ਕੀਤੀ ਇੱਥੇ ਨਹੀਂ ਟੜਾ ਸਾਹਿਬ ਹਾਂ ਕਮਾਲ ਕਰਦੇ ਹੁੰਦਾ ਓਏ ਬਿਲਕੁਲ ਕਮਾਲ ਕਰ ਰਿਹਾ ਅੱਜ ਕੱਲ ਚਲੋ ਖੈਰ ਆਪਾਂ ਖਬਰ ਵਾਲ ਨੂੰ ਆਨੇ ਟਾਣਾ ਸਾਹਿਬ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਠੱਗ ਮਹਿਕਮਾ ਬਹੁਤ ਸਰਗਰਮ ਲੋਕੀ ਠੱਗੀ ਮਾਰਨ ਲੱਗਿਆ ਤਾਂ ਸੋਚਦਾ ਹੀ ਹੈ ਨਹੀਂ ਵੀ ਅਸੀਂ ਕਰੀ ਕੀ ਜਾਣੇ ਕਰਨਾ ਕੀ ਚਾਹੀਦਾ ਹੈ ਨਾ ਮੈਂ ਲਾ ਹਰ ਕੋਈ ਹੱਥ ਤੇ ਹੱਥ ਰੱਖੀ ਬੈਠਾ ਵੀ ਇੱਕ ਵਾਰ ਮੌਕਾ ਮਿਲੇ ਸਹੀ ਤੇ ਬਸ ਫਿਰ ਆਪਾਂ ਛਾ ਜਾਣਾ ਮੈਂ ਐ ਬੈਠਾ ਸੀਗਾ ਮੈਂ ਕਰ ਲੈ ਮੇਰਾ ਨਾਂ ਵੀ ਵਿਚਨਾ ਜੀ ਹਰ ਕੋਈ ਹੱਥ ਰੱਖੀ ਬੈਠਾ ਮੈਂ ਤਾਂ ਇਹ ਕੈਸੀ ਮੈਂ ਕਿਹਾ ਤਾਣਾ ਸਾਹਿਬ ਥੋੜੇ ਠੀਕ ਹੋ ਕੇ ਬੈਠਣਗੇ ਖੈਰ ਆਪਾਂ ਗੱਲ ਕਰ ਰਹੇ ਸੀ ਮੁਖਸਰ ਸਾਹਿਬ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਹਨੇ ਹੈਰਾਨ ਕਰ ਦਿੱਤਾ ਤਾਣਾ ਸਾਹਿਬ ਉੱਥੇ ਕਹਿੰਦੇ ਕਿ ਇੱਕ ਪੁੱਤ ਨੇ ਜਿਹਦੇ ਬਾਪ ਦੀ ਮੌਤ 2009 ਦੇ ਵਿੱਚ ਹੋ ਗਈ ਸੀ ਜੋ ਕਿ ਫੌਜ ਤੋਂ ਰਿਟਾਇਰ ਸੀ ਤੇ ਕਹਿੰਦੇ ਉਹਨੇ ਉਹਨਾਂ ਦਾ ਨਕਲੀ ਜਿਹੜਾ ਉਹ ਸਰਟੀਫਿਕੇਟ ਹੁੰਦਾ ਨਾ ਵੀ ਬੰਦਾ ਜਿਉਂਦਾ ਹੈ ਉਹ ਸਰਟੀਫਿਕੇਟ ਨਕਲੀ ਬਣਵਾ ਕੇ ਤੇ ਉਹ ਹਰ ਵਾਰ ਬੈਂਕ ਦੇ ਵਿੱਚ ਦਿੰਦਾ ਰਿਹਾ ਤੇ ਉਹ ਜਿਹੜੀ ਪੈਨਸ਼ਨ ਆ ਉਹ ਖਾਂਦਾ ਰਿਹਾ ਆਪ ਹੀ ਦਸਤਖਤ ਕਰਕੇ ਜੀ ਪਿਤਾ ਵਾਲੇ ਤੇ ਉਹ ਪੈਨਸ਼ਨ ਲੈਂਦਾ ਰਿਹਾ 20 ਲੱਖ ਤੋਂ ਉੱਤੇ ਰੁਪਈਆ ਇਹਨੇ ਜੀ ਹੁਣ ਤੱਕ ਪੈਨਸ਼ਨ ਦੇ ਰੂਪ ਦੇ ਵਿੱਚ ਖਾਦਾ ਦਸਾਂ ਸਾਲਾਂ ਦੇ ਵਿੱਚ ਦਸਾਂ ਬਰਿਆਂ ਦੇ ਵਿੱਚ ਜੀ ਮਤਲਬ ਕਹਿਣ ਦਾ ਇਹ ਆ ਵੀ ਲੋਕ ਇਦਾਂ ਦੀਆਂ ਠੱਗੀਆਂ ਵੀ ਮਾਰਦੇ ਆ ਮਾਂ ਬਾਪ ਜੇਕਰ ਤੁਰ ਜਾਂਦੇ ਆ ਤਾਵੀ ਦੱਸਦੇ ਨਹੀਂ ਵੀ ਭਾਈ ਇਹਨਾਂ ਦੀ ਮੌਤ ਹੋ ਗਈ ਆ ਬਸ ਇਹ ਵੀ ਵਿਭਾਗ ਨੂੰ ਪਤਾ ਨਹੀਂ ਹੁੰਦਾ ਇਸ ਗੱਲ ਬਾਰੇ ਵੀ ਭਾਈ ਬੰਦਾ ਜਿਉਂਦਾ ਕਿ ਜਹਾਨੋਂ ਕੁਝ ਕਰ ਗਿਆ ਕਿਉਂਕਿ ਤੁਹਾਨੂੰ ਉੱਥੇ ਸਰਟੀਫਿਕੇਟ ਦੇਣਾ ਪੈਂਦਾ ਨਾ ਕਿ ਜੇਕਰ ਬੰਦਾ ਜਿਉਂਦਾ ਹੈ ਤਾਂ ਉਹਦਾ ਵੀ ਸਰਟੀਫਿਕੇਟ ਦੇਣਾ ਪੈਂਦਾ ਸਾਲ ਦੇ ਬਾਅਦ ਜੇਕਰ ਬੰਦਾ ਖੁਦ ਨਾਲ ਖਾਸਾ ਨੂੰ ਕੁਝ ਹੋ ਗਿਆ ਤਾਂ ਤਾਂ ਵੀ ਤੁਹਾਨੂੰ ਉੱਥੇ ਜਾ ਕੇ ਪ੍ਰਮਾਣ ਪੱਤਰ ਦੇਣਾ ਪੈਂਦਾ ਸੋ ਇਸ ਲਈ ਇਸ ਬੰਦੇ ਨੇ ਉਸੇ ਚੀਜ਼ ਦਾ ਫਾਇਦਾ ਚੱਕਿਆ ਤੇ ਇਹ ਨਕਲੀ ਜਿਹੜੇ ਉੱਥੇ ਦਸਤਾਵੇਜ਼ ਦਿਖਾਉਂਦਾ ਰਿਹਾ ਆਪ ਹੀ ਸਾਈਨ ਕਰਦਾ ਰਿਹਾ ਤੇ ਇਦਾਂ ਪੈਸੇ ਖਾਂਦਾ ਰਿਹਾ ਬੜੀ ਮਾੜੀ ਗੱਲ ਬਹੁਤ ਮਾੜੀ ਗੱਲ ਆ ਤੇ ਹੁਣ ਦੇਖੋ ਮਿੱਟੀ ਪੱਟੀ ਗਈ ਆ ਹੁਣ ਖਬਰਾਂ ਬਣ ਗਈਆਂ ਸੱਚ ਤਾਂ ਸਾਹਮਣੇ ਆਉਣਾ ਹੀ ਹੁੰਦਾ ਸੱਚ ਨੇ ਸਾਹਮਣੇ ਆਉਣਾ ਹੀ ਆਉਣਾ ਜੋ ਮਰਜ਼ੀ ਪਰਦੇ ਪਾ ਲੋ ਵਕਤ ਲੱਗ ਸਕਦਾ ਪਰ ਸੱਚ ਬਾਹਰ ਆਊਗਾ ਜ਼ਰੂਰ ਬਿਲਕੁਲ ਸਹੀ ਐ ਸੋ ਇਸ ਲਈ ਭਾਈ ਬੁਰੇ ਕੰਮ ਦਾ ਬੁਰਾ ਨਤੀਜਾ ਹਮੇਸ਼ਾ ਮਾੜੇ ਕੰਮ ਦਾ ਮਾੜਾ ਨਤੀਜਾ ਹੀ ਹੁੰਦਾ ਆਪਾਂ ਇਹ ਨਾ ਸੋਚਿਆ ਕਰੀਏ ਕਿ ਮੇਰੇ ਤੋਂ ਵੱਧ ਸਿਆਣਾ ਕੋਈ ਹੈ ਨਹੀਂ ਜਦੋਂ ਬੰਦਾ ਫਸਦਾ ਨਾ ਫਿਰ ਉਹ ਇਦਾਂ ਹੀ ਫਸਦਾ ਬਿਲਕੁਲ ਸਹੀ ਗੱਲ ਸੋ ਇਸ ਲਈ ਬੱਚੋ ਸੋਚ ਬਦਲੋ ਜਹਾਨ ਜ਼ਰੂਰ ਬਦਲੇਗਾ ਤੇ ਆਪਾਂ ਹੁਣ ਚੱਲੀਏ ਆਪਾਂ ਚੱਲਦੇ ਆ ਮੈਂ ਇਹਨਾ ਥੋੜਾ ਜਿਹਾ ਇਲਾਜ ਪੁੱਛਣਾ ਚਾਹੁੰਦਾ ਉਹਦੇ ਪਰਿਵਾਰਕੀਆਂ ਨੂੰ ਮੇਰਾ ਇਹਨਾ ਮੋਢਾ ਬਹੁਤ ਦੁਖਦਾ ਇੱਥੋਂ ਨਾ ਫਿਰ ਇੱਥੋਂ ਪਿਛਲੇ 1 ਹਫ਼ਤੇ ਤੋਂ ਮੋਢਾ ਬਹੁਤ ਦੁਖਦਾ ਜੇ ਤਾਂ ਮੈਂ ਮਰ ਲੈਣਾ ਮੂਵ ਫਿਰ ਤਾਂ ਗੱਲ ਠੀਕ ਆ ਨਹੀਂ ਤਾਂ ਮੋਢਾ ਦੁਖਣੋਂ ਹਟਦਾ ਨਹੀਂ ਮੈਂ ਕੀ ਖਾਵਾਂ ਤੇ ਕੀ ਮਲਾਂ ਮੈਂ ਹੁਣ ਪਰਿਵਾਰਕ ਜੀਆ ਨੂੰ ਸਾਰੀ ਗੱਲ ਖੋਲ੍ਹ ਕੇ ਦੱਸ ਦਿੰਦੀ ਆਂ ਆਪਾਂ ਲੱਗੇ ਆ ਗਿਆ ਤੇ ਸਮਾਂ ਹੋ ਗਿਆ ਹੁਣ ਸਾਰੇ ਮੇਰੀ ਗੱਲ ਸੁਣ ਕੇ ਜਾਇਓ ਵੀ ਇਹ ਸ਼ਖਸ ਜਿਹੜੇ ਪੁੱਛ ਰਹੇ ਨੇ ਵੀ ਮੋਢਾ ਦੁਖ ਰਿਆ ਤੇ ਐ ਹੁੰਦਾ ਤੇ ਓਹ ਹੁੰਦਾ ਦਫ਼ਤਰ ਦੇ ਕੱਲੇ ਕੱਲੇ ਮੁਲਾਜ਼ਮ ਨੇ ਮਨਤਾ ਕਰ ਲਈਆਂ ਕਿ ਆਪ ਜੀ ਆਪਦਾ ਐਕਸ-ਰੇ ਕਰਵਾ ਕੇ ਇੱਕ ਵਾਰ ਜ਼ਰੂਰ ਵੇਖੋ ਕਿ ਮੋਢੇ ਦੇ ਵਿੱਚ ਦਿੱਕਤ ਕੀ ਹੈ ਉਸ ਤੋਂ ਬਾਅਦ ਵਿੱਚ ਉਹਦਾ ਇਲਾਜ ਕਰਵਾਵਾਂਗੇ ਪਰ ਨਹੀਂ ਆਪਾਂ ਹਰ ਵਾਰ ਉਹ ਮੂਵ ਦੀ ਸਪਰੇ ਕਰਵਾ ਕੇ ਤੇ ਫਿਰ ਆਪਾਂ ਇੱਥੇ ਬੈਠ ਜਾਂਦੇ ਹਾਂ ਤੇ ਆਪਾਂ ਨੂੰ ਏਉਂ ਲੱਗਦਾ ਹੈ ਕਿ ਇਦਾਂ ਜੋ ਮਰਜ਼ੀ ਕਰ ਲਓ ਜਦ ਤੱਕ ਪੂਰੀ ਤਰ੍ਹਾਂ ਦੇ ਨਾਲ ਕਿਸੇ ਮਾਹਰ ਦੀ ਡਾਕਟਰ ਦੀ ਸਲਾਹ ਨਹੀਂ ਲੈਂਦੇ ਤਾਣਾ ਸਾਹਿਬ ਇਹ ਠੀਕ ਨਹੀਂ ਹੋਊਗਾ ਬਹੁਤ ਤੁਸੀਂ ਪਿਆਰ ਦਿੰਦੇ ਹੋ ਤੁਹਾਡਾ ਦਿਲੀ ਤੌਰ ਤੇ ਧੰਨਵਾਦ ਆਪਾਂ ਇਦਾਂ ਹੀ ਵਿਚਾਰਾ ਨਹੀਂ ਸਾਂਝ ਬਣਾਈ ਰੱਖਣੀ ਆ ਕੱਲ ਨੂੰ ਇਸੇ ਵੇਲੇ ਆਪਾਂ ਫੇਰ ਆ ਜਾਣਾ ਤੇ ਤੁਹਾਡਾ ਆਪਣਾ ਹੀ ਤਾਂ ਤੁਹਾਡੇ ਲਈ ਆ ਅਸੀਂ ਵੀ ਤੁਹਾਡੇ ਲਈ ਆ ਤੁਹਾਡੇ ਪਰਿਵਾਰ ਦੇ ਜੀ ਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਫੇਰ ਮਿਲਾਂਗੇ ਪ੍ਰਤੀ ਕਰੇ ਆਪਣੀ ਜ਼ਰੂਰ ਸਾਡਾ ਹੀ ਪਹੁੰਚਾਓ ਵੇਖਦੇ ਰਹੋ ਪ੍ਰਾਈਮ ਵੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ